Thank you.
जिंदगी विच कहिंदे दो बंदियां नूं माफ है,
ਇੱਕ ਤੇ ਕਰਮਾਂ ਵਾਲੇ ਉਹ ਗੁੰਗਾ ਬੰਦਾ ਕਿਉਂਕਿ ਉਹ ਬੋਲ ਨਹੀਂ ਸਕਦਾ, ਪਰ ਉਹਦੇ ਕਿਹੜੇ ਦਾ ਪ੍ਰਗਟਾਵਾ ਜਿਹੜਾ ਇਹ ਉਹ ਦੱਸ ਦਿੰਦਾ ਹੈ ਕਿ ਮੈਂ ਵੀ ਫੱਗੇ ਵਿੱਚ ਸ਼ਾਮਲ ਹੋਇਆ। ਤੇ ਦੂਸਰਾ ਜੇ ਕੋਈ ਬਿਮਾਰ ਬੰਦਾ ਹੈ, ਕਿਸੇ ਡਾਕਟਰ ਨੇ ਉਹਨੂੰ ਮਨਾ ਕੀਤਾ, ਬਹੁਤ ਵੱਡੀ ਮਹਾਰਾਜ ਜੀ ਸਾਡੇ ਤੇ ਅਪਾਰ ਕਿਰਪਾ ਕੀਤੀ ਹੈ, ਦੋ ਵਾਰ ਵਾਹਿਗੁਰੂ ਸ਼ਬਦ ਮੁੱਖ ਵਿੱਚੋਂ ਉਚਾਰਨ ਹੁੰਦਾ ਹੈ ਕਰਮਾਂ ਵਾਲਿਓ, ਤੇ ਵਾਹਿਗੁਰੂ ਸ਼ਬਦ ਛੱਤੀ ਯੁਗਾਂ ਦੀ ਭਗਤੀ ਚਾਰ ਅੱਖਰਾਂ ਦਾ ਸੁਮੇਲ, ਬਹੁਤ ਵੱਡੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਇਹ ਬਖਸ਼ਿਸ਼ ਕੀਤੀ ਹੈ ਤੇ ਇਹਨੂੰ ਸੰਪੂਰਨ ਕੀਤਾ ਕਲਗੀ ਵਾਲੇ ਪ੍ਰੀਤਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ। ਦਸ ਜਾਮੇ ਧਾਰਨ ਕਰਕੇ ਕਰਮਾਂ ਵਾਲੇ ਉਹ ਸਿੱਖ ਦੀ ਝੋਲੀ ਵਿੱਚ ਗੁਰੂਆਂ ਨੇ ਪਾਇਆ ਕਿ ਫਤਿਹ, ਤੇ ਫਤਿਹ ਬੁਲਾਉਣ ਤੋਂ ਸੰਕੋਚ ਨਾ ਕਰਿਆ ਕਰੋ, ਆਓ ਸਭ ਮਾਈ ਭਾਈ ਬੱਚੇ ਜਿੰਨੇ ਵੀ ਵੀਰ ਭਰਾ ਗੁਰੂ ਚਰਨਾਂ ਵਿੱਚ ਬੈਠੇ ਹੋ, ਗੁਰੂ ਪਿਤਾ ਜੀ ਦੇ ਚਰਨਾਂ ਦਾ ਧਿਆਨ ਧਰੀਏ ਤੇ ਗੱਜ ਕੇ ਆਖੀਏ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਕਲਗੀ ਤਾਂ ਪ੍ਰੀਤਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਜੇ ਪਾਤਸ਼ਾਹ ਦਾ ਜੀਵਨ ਇਤਿਹਾਸ ਕਰਮਾਂ ਵਾਲੇ ਅਸੀਂ ਇਸ ਦਿਨ ਨੂੰ ਚੁਣਿਆ ਹੈ। ਅੱਜ ਰੱਬ ਦੇ ਨਾਲ ਜੋ ਮੇਰੇ ਬਾਜਾਂ ਵਾਲੇ ਪ੍ਰੀਤਮ ਪਾਤਸ਼ਾਹ ਦੀਆਂ ਹੇਮਕੁੰਡ ਦੇ ਪਰਬਤ ਉੱਤੇ ਜੋ ਗੱਲਾਂ ਹੋਈਆਂ ਨੇ ਕਰਮਾਂ ਵਾਲੇ, ਉਹ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਨਾ ਹੈ। ਮਾਂ ਗੁਜਰੀ ਦੀ ਕੁੱਖ ਨੂੰ ਕਿਵੇਂ ਭਾਗ ਲੱਗੇ, ਉਹ ਅਗੰਮਣਾ ਮਰਦ ਦੁਨੀਆਂ ਦਾ ਮਾਲਕ ਮੇਰਾ ਬਾਜਾਂ ਵਾਲਾ ਪ੍ਰੀਤਮ ਜਿਹੜਾ ਇਹ ਦੁਨੀਆਂ ਤੇ ਕਿਵੇਂ ਆਇਆ, ਔਰ ਆਣ ਕੇ ਕਰਮਾਂ ਵਾਲਿਓ ਉਹਨੇ ਸਾਨੂੰ ਦਿੱਤਾ ਕੀ, ਜੋ ਕੁਝ ਸਾਡੇ ਰਹਿਬਰ ਗੁਰੂ ਕਲਗੀਧਰ ਪ੍ਰੀਤਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਸਾਨੂੰ ਦਿੱਤਾ ਇਹਨਾਂ ਕਰਮਾਂ ਵਾਲਿਓ, ਸਾਡੇ ਕੋਲੋਂ ਸਾਧ ਨਹੀਂ ਜੇ ਹੋਇਆ, ਅਸੀਂ ਦੁਨੀਆਂ ਨੂੰ ਦੱਸ ਹੀ ਨਹੀਂ ਸਕੇ। ਕੌਮ ਦਾ ਇੱਕ ਵਿਦਵਾਨ ਬੜਾ ਕਮਾਲ ਦਾ ਬਚਨ ਕਰਦਾ ਹੈ, ਉਹ ਕਹਿੰਦਾ ਹੈ ਅੱਜ ਤੱਕ ਰਾਜ ਹੁੰਦਾ ਮੁਗਲਾਂ ਲੰਘਣਾ ਗੁਜਰਾਂ ਦਾ, ਜੇ ਨਾ ਪਟਨੇ ਆਉਂਦੇ ਗੁਜਰੀ ਦੇ ਗਲਾਰੇ, ਰੌਣਕ ਰਹਿਣੀ ਨਹੀਂ ਸੀ ਦਿੱਲੀ ਦੇ ਚੰਦ ਜਹੇ ਚਾਂਦਨੀ ਚੌਂਕ ਦੀ, ਜੇ ਨਾ ਬਾਪੂ ਕਰਦਾ ਦਿੱਲੀ ਵੱਲ ਤਿਆਰੀ, ਤੇ ਜੇ ਨਾ ਪਿੰਜਰੇ ਭੰਨਦਾ ਆਪਣੇ ਤਿੱਖਿਆਂ ਤੀਰਾਂ ਨਾਲ, ਅੱਜ ਤੱਕ ਕੈਦੀ ਰਹਿੰਦੇ ਪੰਛੀ ਭੌਰ ਵਿਚਾਰੇ। ਅੱਜ ਦਾ ਆਪਾਂ ਨਿਊਜ਼ੀਲੈਂਡ ਦੀ ਧਰਤੀ ਦੇ ਉੱਤੇ ਬੈਠੇ ਹਾਂ ਨਾ ਕਰਮਾਂ ਵਾਲਿਓ, ਇਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਮੇਰੇ ਭੈਣੋ ਮਾਂ ਗੁਜਰੀ ਤੇ ਗੁਰੂ ਤੇਗ ਬਹਾਦਰ ਦੇ ਅਕੇਲੇ ਮਰਦ ਪੁੱਤਰ ਦੀਆਂ ਕੁਰਬਾਨੀਆਂ ਦਾ ਨਤੀਜਾ ਹੈ, ਗੱਜ ਕੇ ਆਖੋ ਸਤਨਾਮ। ਇਹ ਕਿੱਥੋਂ ਕਲਗੀਧਰ ਪ੍ਰੀਤਮ ਪਾਤਸ਼ਾਹ ਦੇ ਇਤਿਹਾਸ ਦੀ, ਉਹਨਾਂ ਦੇ ਜਨਮ ਦੀ, ਉਹਨਾਂ ਦੇ ਅਵਤਾਰ ਦੀ ਗਾਥਾ ਜਿਹੜੀ ਇਹ ਆਰੰਭ ਹੁੰਦੀ ਹੈ, ਜਿੱਥੋਂ ਤੱਕ ਬਾਜਾਂ ਵਾਲੇ ਪ੍ਰੀਤਮ ਪਾਤਸ਼ਾਹ ਦਾ ਇਤਿਹਾਸ ਸਾਡੇ ਕੋਲੋਂ ਗਾਹ ਹੋਵੇਗਾ, ਕਿਉਂਕਿ ਕਰਮਾਂ ਵਾਲੇ ਉਹ ਇੱਕ ਮਹਾਂਪੁਰਸ਼ ਕਹਿੰਦਾ ਹੈ ਮੈਨੂੰ ਜ਼ਿੰਦਗੀ ਦੇ ਵਿੱਚ 1000 ਜਨਮ ਮਨੁੱਖਾ ਦੇਹੀ ਵਿੱਚ ਮਿਲ ਜਾਵੇ, 1000 ਜਨਮ, ਹਰ ਜਨਮ ਦੇ ਵਿੱਚ ਉਮਰ ਹੋਵੇ 100 ਸਾਲ, ਮੈਂ ਇੰਨਾ ਲੰਮਾ ਸਮਾਂ ਕਲਗੀ ਵਾਲੇ ਪ੍ਰੀਤਮ ਪਾਤਸ਼ਾਹ ਦੇ ਗੁਣ ਗਾਉਂਦਾ ਰਵਾਂ, ਜੋ ਉਪਕਾਰ ਕਲਗੀਆਂ ਵਾਲੇ ਗੁਰੂ ਨੇ ਆਪਣੀ ਕੌਮ ਤੇ ਮੇਰੇ ਤੇ ਕੀਤਾ ਹੈ ਉਹਦਾ ਮੇਰੇ ਕੋਲੋਂ ਵਿਆਜ ਨਹੀਂ ਮੋੜ ਹੋਣਾ, ਮੂਲ ਤੇ ਉਦਾਂ ਹੀ ਜਮ੍ਹਾਂ ਹੈ। ਫਿਰ ਗੱਜ ਕੇ ਕਹਿ ਦਿਓ ਸਤਨਾਮ। ਉਹ ਵਲੀਆਂ ਦਾ ਵਲੀ ਸੀ, ਉਹ ਪੀਰਾਂ ਦਾ ਪੀਰ ਸੀ, ਉਹ ਫਕੀਰਾਂ ਦਾ ਫਕੀਰ ਸੀ, ਉਹ ਸੰਤਾਂ ਦਾ ਸੰਤ ਸੀ, ਉਹ ਯੋਧਿਆਂ ਦਾ ਯੋਧਾ ਸੀ, ਇਸ ਤਖਤ ਉੱਤੇ ਸ਼ਹਿਨਸ਼ਾਹ ਔਰ ਮੈਦਾਨੇ ਜੰਗ ਅੰਦਰ ਮਹਾਨ ਕਿਰਦਾਰ ਸੀ ਮੇਰਾ ਬਾਜਾਂ ਵਾਲਾ ਪ੍ਰੀਤਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ। ਲਓ ਜੀ ਬਿਰਤੀਆਂ ਜੋੜੀਏ ਆਪਾਂ ਗੁਰੂ ਚਰਨਾਂ ਦੇ ਨਾਲ, ਮਹਾਰਾਜ ਦੇ ਅਵਤਾਰ ਦੀ ਗਾਥਾ ਜਿਹੜੀ ਹੈ ਇਹ ਕੀਰਤਪੁਰ ਸਾਹਿਬ ਦੀ ਪਾਵਨ ਧਰਤੀ ਤੋਂ ਆਰੰਭ ਹੁੰਦੀ ਹੈ। ਭੈਣੋ ਜਗਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਗੁਰੂ ਕੀ ਸੰਗਤ ਆਪਣਾ ਸਰੀਰ ਤਿਆਗਣਾ ਹੈ, ਇਹ ਜੋਤ ਜਿਹੜੀ ਹੈ ਉਹਨਾਂ ਨੇ ਸੱਤਵੇਂ ਪਾਤਸ਼ਾਹ ਗੁਰੂ ਹਰ ਰਾਏ ਸਾਹਿਬ ਜੀ ਦੇ ਵਿੱਚ ਜਗਾ ਦਿੱਤੀ ਹੈ, ਤੇ ਉਧਰ ਉਹਨਾਂ ਨੇ ਆਪਣੀ ਤੀਜੀ ਔਰ ਸਭ ਤੋਂ ਛੋਟੀ ਪਤਨੀ ਗੁਰੂ ਤੇਗ ਬਹਾਦਰ ਮਹਾਰਾਜ ਦੀ ਮਾਤਾ ਜਿਨ੍ਹਾਂ ਦਾ ਨਾਮ ਸੀ ਭੈਣੋ ਮਾਤਾ ਨਾਨਕੀ, ਮਾਤਾ ਨਾਨਕੀ ਲੰਗਰ ਦੇ ਵਿੱਚ ਭਾਂਡੇ ਮਾਂਜ ਰਹੀ ਹੈ, ਸੁਖਮਨੀ ਸਾਹਿਬ ਦੀ ਬਾਣੀ ਪੜ ਰਹੀ ਹੈ, ਤੇ ਦੁਨੀਆਂ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪਣੀ ਪਤਨੀ ਦੇ ਕੋਲ ਗਏ ਨੇ। ਉਹਨਾਂ ਨੇ ਉਹਦੇ ਸਿਰ ਦੇ ਉੱਤੇ ਹੱਥ ਰੱਖ ਕੇ ਬਚਨ ਕੀਤਾ ਹੈ, ਨਾਨਕੀ ਸਮੇਂ ਬੜੇ ਭਿਆਨਕ ਆ ਰਹੇ ਨੇ, ਆਪਣੇ ਭਗਤੀ ਵਾਲੇ ਪੁੱਤਰ ਤੇਗ ਬਹਾਦਰ ਨੂੰ ਲੈ ਕੇ ਬਾਬੇ ਬਕਾਲੇ ਦੀ ਧਰਤੀ ਵਿੱਚ ਚਲੇ ਜਾਵੋ, ਉੱਥੇ ਜਾ ਕੇ ਤੁਹਾਡਾ ਪੁੱਤਰ ਬਹੁਤ ਲੰਬੀ ਤਪੱਸਿਆ ਕਰੇਗਾ,
ਗੁਰੂ ਨਾਨਕ ਤੁਹਾਡੇ ਉੱਤੇ ਰਹਿਮਤਾਂ ਕਰਨਗੇ, ਇੱਕ ਵਕਤ ਆਵੇਗਾ ਘੁੰਮ ਕੇ ਇਹ ਗੱਦੀ ਜਿਹੜੀ ਹੈ ਤੇਰੇ ਪੁੱਤਰ ਤੇਗ ਬਹਾਦਰ ਦੀ ਝੋਲੀ ਵਿੱਚ ਪੈ ਜਾਵੇਗੀ। ਗੱਜ ਕੇ ਆਖੋ ਸਤਨਾਮ। ਲਓ ਜੀ, ਮਾਤਾ ਨਾਨਕ ਜੀ ਨੇ ਆਪਣੇ ਪਤੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਬਚਨ ਮੰਨਿਆ ਹੈ, ਆਪਣੀ ਨੌ ਗੁਜਰੀ ਨੂੰ ਤੇ ਆਪਣੇ ਪੁੱਤਰ ਤੇਗ ਬਹਾਦਰ ਨੂੰ। ਉੱਥੋਂ ਭੈਣੋ ਕੋਈ ਕੱਪੜਿਆਂ ਦੀਆਂ ਪੰਡਾਂ ਨਹੀਂ ਬੰਨੀਆਂ, ਉੱਥੋਂ ਕੋਈ ਸੋਨੇ ਦੀਆਂ ਮੋਹਰਾਂ, ਕਿਤੇ ਛੇਵੇਂ ਪਾਤਸ਼ਾਹ ਦੇ ਦਰਬਾਰ ਵਿੱਚ ਘਾਟਾ ਸੀ। ਇਹ ਤਨ ਦੇ ਲੀੜੇ ਲੈ ਕੇ ਤੇ ਆਪਣੇ ਪੇਕੇ ਪਿੰਡ ਆ ਗਈ ਹੈ। ਮਾਤਾ ਨਾਨਕ ਜੀ ਦਾ ਪੇਕਾ ਪਿੰਡ ਸੀ ਕਰਮਾਂ ਵਾਲੇ, ਉਹ ਬਕਾਲਾ, ਬਾਬਾ ਬਕਾਲਾ, ਤੇ ਇਹਨੂੰ ਅੱਠਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਬਣਾਇਆ ਹੈ। ਇੱਥੇ ਬਹਿ ਕੇ ਬਹੁਤ ਲੰਮਾ ਸਮਾਂ ਲਗਾਤਾਰ 26 ਸਾਲ ਚੁੱਪ ਚਪੀਤਿਆਂ ਬੰਦਗੀ ਕਰੀ ਜਾਣੀ ਹੈ, ਪ੍ਰਮਾਤਮਾ ਦਾ ਨਾਮ ਜਪੀ ਜਾਣਾ ਹੈ। ਬਾਹਰ ਧੀਰ ਮਦ ਤੇ ਹੋਰ 22 ਪਖੰਡੀ ਗੁਰੂ ਜਿਹੜੇ ਨੇ ਉਹ ਗੱਦੀਆਂ ਲਾ ਕੇ ਬੈਠੇ। ਉਧਰ ਸਮੁੰਦਰ ਦੇ ਵਿੱਚ ਕਿਸੇ ਮੱਖਣ ਸ਼ਾਹ ਦਬਾਣਾ ਬਰਾਦਰੀ ਦਾ ਇੱਕ ਬੜਾ ਵੱਡਾ ਸੌਦਾਗਰ ਵਪਾਰੀ, ਉਹਦਾ ਬੇੜਾ ਡੁੱਬ ਰਿਹਾ ਹੈ। ਉਹਨੇ ਅਰਦਾਸ ਕੀਤੀ ਹੈ ਕਿ ਜਿਹੜਾ ਵੀ ਕੋਈ ਪਿਆਰਾ ਗੁਰੂ ਗੁਰੂ ਨਾਨਕ ਦੀ ਗੱਦੀ ਦੇ ਉੱਤੇ ਗੁਰੂ ਬਣ ਕੇ ਬੈਠਾ ਹੈ, ਉਹ ਜਿੱਥੇ ਵੀ ਬੈਠਾ ਹੈ ਮੈਂ ਉਹਦੇ ਚਰਨਾਂ ਦਾ ਧਿਆਨ ਧਰ ਕੇ ਅਰਦਾਸ ਕਰਦਾ, ਦਾਦਿਆ ਮੇਰਾ ਡੁੱਬਦਾ ਬੇੜਾ ਬੰਨੇ ਤੇ ਲਾ ਦੇ, ਜਦੋਂ ਮੈਂ ਪੰਜਾਬ ਦੀ ਧਰਤੀ ਆਵਾਂਗਾ ਤੈਨੂੰ ਲੱਭ ਕੇ ਤੇਰੇ ਚਰਨਾਂ ਦੇ ਉੱਤੇ 500 ਸੋਨੇ ਦੀਆਂ ਮੋਹਰਾਂ ਭੇਟ ਕਰਾਂਗਾ, ਦਾਦਿਆ ਮੇਰਾ ਡੁੱਬਦਾ ਬੇੜਾ ਬੰਨੇ ਲਾ ਦੇ। ਲਓ ਜੀ, ਵਪਾਰੀ ਦਾ ਬੇੜਾ ਬੰਨੇ ਲੱਗਾ ਹੈ। ਉਹ ਪੁੱਛਦਾ ਪਛਾਉਂਦਾ ਜਲੰਧਰ ਦੇ ਲਾਗੇ ਕਰਤਾਰਪੁਰ ਤੇ ਕਰਤਾਰਪੁਰ ਦੇ ਲਾਗੇ ਬਾਬਾ ਬਕਾਲਾ ਸਾਹਿਬ ਦੀ ਪਾਵਨ ਧਰਤੀ ਦਰਿਆ ਬਿਆਸਾ ਲੰਘ ਗਈ। ਜਦੋਂ ਵਪਾਰੀ ਉੱਥੇ ਪਹੁੰਚਿਆ ਨਾ, ਉੱਥੇ ਤੇ ਏਦਾਂ 22 ਤੰਬੂ ਲੱਗੇ ਹੋਏ ਨੇ, 22 ਮੰਜੀਆਂ ਡੱਠੀਆਂ ਹੋਈਆਂ ਨੇ, 22 ਗੁਰੂ ਬੈਠੇ ਨੇ। ਉਹ ਪੜ੍ਹਿਆ ਲਿਖਿਆ ਬੰਦਾ ਸੀ, ਸਾਡੇ ਵਰਗਾ ਕੋਈ ਉਹ ਜਿਹਾ ਕਮਲਾ ਬੰਦਾ ਨਹੀਂ ਸੀ। ਉਹ ਸੋਚਦਾ ਹੈ ਕਿ ਮੈਂ ਦੁਨੀਆ ਭਰ ਦੇ ਵਿੱਚ ਵਪਾਰ ਕਰਦਾ ਹਾਂ, ਇਹਨਾਂ ਬਾਈਆਂ ਦੇ ਵਿੱਚੋਂ ਮੈਂ ਪਰਖ ਕਰਨੀ ਹੈ ਕਿ ਸੱਚਾ ਗੁਰੂ ਕੌਣ ਹੈ ਜਿਹਦੀ ਮੇਰੀ ਅਰਦਾਸ ਨੂੰ ਸੁਣ ਕੇ ਮੇਰਾ ਡੁੱਬ ਦਾ ਬੇੜਾ ਕੰਢੇ ਤੇ ਲਾਇਆ ਹੈ। 5-5 ਮੋਹਰਾਂ ਰੱਖ ਕੇ ਮੱਛਾ ਦੇਖਦਾ ਗਿਆ, ਜਿਹੜਾ ਸੱਚਾ ਹੋਵੇਗਾ ਨਾ, ਮੈਂ ਡੁੱਬਦਾ ਬੇੜਾ ਕੰਢੇ ਤੇ ਲਾਉਣ ਲੱਗਿਆ, 500 ਮੋਹਰਾਂ ਸੋਨੇ ਦੀਆਂ ਸੁੱਖਣਾ ਸੁਖੀ ਸੀ, ਜਿਹੜਾ ਮੇਰਾ ਬੇੜਾ ਬੰਨੇ ਲਾ ਸਕਦਾ ਹੈ, ਮੇਰੇ ਕੋਲੋਂ ਆਪਣੀ ਸੁੱਖਣਾ ਵੀ ਮੰਗ ਕੇ ਲੈ ਸਕਦਾ ਹੈ। ਗੱਜ ਕੇ ਕਹਿ ਜੋ ਸਤਨਾਮ। ਪਰ 22 ਗੁਰੂ ਭੈਣੋ ਦੀਆਂ ਤਸੱਲੀ ਨਾ ਕਰਾ ਸਕੇ। ਗੱਲ ਸੁਣਿਓ ਧਿਆਨ, ਜਦੋਂ ਬਾਈਆਂ ਦੇ ਕੋਲੋਂ ਤਸੱਲੀ ਨਾ ਹੋਈ ਤੇ ਉਹ ਬਕਾਲੇ ਦੇ ਲੋਕਾਂ ਨੂੰ ਪੁੱਛਦਾ ਹੈ ਕਿ ਇੱਥੇ ਕੋਈ ਹੋਰ ਸੋਢੀ ਵੀ ਰਹਿੰਦਾ ਹੈ। ਮਹਾਰਾਜ ਨੂੰ ਲੋਕ ਉਸ ਵੇਲੇ ਤੇਗਾ ਕਹਿੰਦੇ ਸੀ, ਤੇਗਾ। ਮਾਤਾ ਨਾਨਕੀ ਦੀ ਵੀ ਉਮਰ ਬਹੁਤ ਵੱਡੀ ਸੀ, 90 ਸਾਲ ਦੀ ਉਮਰ ਹੋ ਚੁੱਕੀ ਹੈ, ਤੇ ਮਾਤਾ ਗੁਜਰੀ ਜੀ ਆਪਣੀ ਸੱਸ ਦੀ ਵੀ ਸੇਵਾ ਕਰਦੀ ਹੈ ਤੇ ਭਗਤੀ ਵਿੱਚ ਬੈਠੇ ਆਪਣੇ ਪਤੀ ਦੀ ਵੀ ਸੇਵਾ ਕਰਦੀ। ਬੀਬੀਆਂ ਵਾਸਤੇ ਖਾਸ ਕਰਕੇ ਨੌਜਵਾਨ ਧੀਆਂ ਦੀ ਇੱਕ ਬੜਾ ਵੱਡਾ ਗਿਆਨ ਹੈ। ਨਿੱਕੀ ਜੀ ਉਮਰਾਂ ਦੇ ਵਿੱਚ ਕਰਤਾਰਪੁਰ ਦੀ ਪਾਵਨ ਧਰਤੀ ਅੰਦਰ ਲਾਲ ਚੰਦਰੇ 5 ਭਰਾਵਾਂ ਦੀ ਇਕਲੌਤੀ ਭੈਣ ਗੁਜਰੀ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਤੇ ਮੱਥਾ ਟੇਕ ਕੇ ਆਖਿਆ ਸੀ, ਮੇਰੀ ਧੀ ਨੂੰ ਆਪਣੀ ਨੌਂ ਬਣਾ ਲਾ। ਮੇਰੇ ਕੋ ਭੈਣੋ, ਕਿੱਥੇ ਗੁਜਰੀ ਦਾ ਜੀਵਨ ਤੇ ਕਿੱਥੇ ਅੱਜ ਸਾਡਾ ਜੀਵਨ। ਮਾਫ ਕਰਨਾ, ਪਤੀ ਭਗਤੀ ਵਾਲਾ ਸੀ, ਜਿੱਥੇ ਵੀ ਕਿਤੇ ਦੇਖੋ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ, ਹਰ ਵੇਲੇ ਸਮਾਧੀ ਲਾ ਕੇ ਪੰਜਾਬ ਦੀ ਧਰਤੀ ਅੰਦਰ ਜਾਓ। ਇਹ ਜੀ ਗੁਰਦੁਆਰਾ ਕਿਹਦੇ ਨਾਂ ਉੱਤੇ ਹੈ? ਇੱਥੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪਣਾ ਕਾਫਲਾ ਲੈ ਕੇ ਲੰਘੇ ਸੀ, ਉਹਨਾਂ ਦੇ ਪੁੱਤਰ ਗੁਰੂ ਤੇਗ ਬਹਾਦਰ ਮਹਾਰਾਜ ਨੇ ਬੇਰੀ ਥੱਲੇ ਬਹਿ ਕੇ ਬੰਦਗੀ ਕੀਤੀ, ਹਰ ਥਾਂ ਦੇ ਉੱਤੇ ਮਹਾਰਾਜ ਬੰਦਗੀ ਕਰਦੇ ਸੀ। ਤੇ ਪਤਨੀ ਗੁਜਰੀ ਦੇ ਮਨ ਵਿੱਚ ਕਦੇ ਵੀ ਕੋਈ ਇਹੋ ਜਿਹੀ ਘਿਰਣਾ ਨਹੀਂ ਆਈ। ਉਹ ਬੁੱਢੀ ਸੱਸ ਨਾਨਕੀ ਦੀ ਸੇਵਾ ਵਿੱਚ ਲੱਗੀ ਰਹਿੰਦੀ ਹੈ। ਜਦੋਂ ਸਤਿਗੁਰੂ ਜੀ ਉੱਠਦੇ ਨੇ ਬੰਦਗੀ ਖਾਂਦੇ ਵਿੱਚੋਂ, ਪਾਣੀ ਗਰਮ ਕਰਕੇ ਪਤੀ ਨੂੰ ਇਸ਼ਨਾਨ ਕਰਾਉਣਾ, ਮਨ ਵਿੱਚ ਕੋਈ ਭਾਵਨਾ ਨਹੀਂ, ਕਦੇ ਵਿਸ਼ੇ ਵਿਕਾਰ ਵਾਲੀ ਗੁਰੂ ਕੀ ਸੰਗਤ ਇਹੋ ਜਿਹੀ ਮਨ ਵਿੱਚ ਫੁਰਨਾ ਨਹੀਂ ਫੁਰਿਆ, ਕਦੇ 5 ਤੱਤਾਂ ਦੇ ਅਧੀਨ ਮਾਤਾ ਗੁਜਰੀ ਨੇ ਆਣ ਕੇ ਗੁਰੂ ਕੀ ਸੰਗਤ ਆਪਣੀ ਸੱਸ ਨਾਨਕੀ ਨਾਲ ਲੜਾਈ ਨਹੀਂ ਕੀਤੀ ਕਿ ਜੇ ਤੇਰੇ ਪੁੱਤਰ ਨੇ ਫਕੀਰ ਬਣ ਕੇ ਬੰਦਗੀ ਕਰੀ ਜਾਣੀ ਸੀ ਤੇ ਮੇਰੇ ਨਾਲ ਵਿਆਹ ਕਿਉਂ ਕਰਾਇਆ। ਇਹ ਸਾਡੇ ਲਈ ਇੱਕ ਬੜਾ ਵੱਡਾ ਗਿਆਨ ਹੈ। ਅੱਜ ਆ ਗਿਆ ਇਹ ਕਰਮਾਂ ਵਾਲੇ ਉਹ ਮੱਖਣ ਸ਼ਾਹ, ਜਦੋਂ ਮੁੜ ਕੇ ਭੋਰੇ ਵਿੱਚ ਗੁਰੂ ਤੇਗ ਬਹਾਦਰ ਦੇ ਚਰਨਾਂ ਦੇ ਉੱਤੇ 5 ਮੋਹਰਾਂ ਰੱਖ ਕੇ ਮੱਥਾ ਟੇਕਿਆ, ਜਦੋਂ ਉੱਠ ਕੇ ਖੜਾ ਹੋਇਆ ਤੇ ਗੁਰੂ ਤੇਗ ਬਹਾਦਰ ਨੇ ਬਾਹਾਂ ਤੋਂ ਫੜ ਲਿਆ, ਕਹਿਣ ਲੱਗੇ ਉਹ ਰੱਬ ਦੇ ਆ ਬੰਦਿਆ, ਜਦੋਂ ਬੇੜਾ ਡੁੱਬਦਾ ਸੀ ਉਦੋਂ 500 ਸੁੱਖਣਾ ਸੁੱਖੀ ਸੀ, ਅਵੇਖ ਮਹਾਰਾਜ ਨੇ ਆਪਣੇ ਗੁਰੂ ਦੀ ਸੰਗਤ ਮੋਢੇ ਦੇ ਉੱਤੋਂ ਚਾਦਰ ਚੱਕੀ ਹੈ, ਜਹਾਜ਼ ਦੇ ਖਿਰ ਖੋਭੇ ਹੋਏ ਕੇਲ ਵਿਖਾ ਦਿੱਤੇ। ਗੱਜ ਕੇ ਕਹਿ ਜੋ ਸਤਨਾਮ। ਉੱਥੇ ਇਹ ਬ੍ਰਹਮ ਗਿਆਨੀ ਬਾਬਾ ਗੁਰਬਚਨ ਸਿੰਘ ਜੀ ਦੇ ਬਚਨ ਹੈ,
ਕਹਿੰਦੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਬੰਦਗੀ ਕਰਨੀ ਹੈ ਤੇ ਉਹਨਾਂ ਨੇ ਤਖਤੀ ਦੇ ਉੱਤੇ ਲਿਖ ਕੇ ਲਾਇਆ ਹੋਇਆ ਹੈ ਕਿ ਜਿਹੜਾ ਸਾਨੂੰ ਪ੍ਰਗਟ ਕਰੇਗਾ ਉਹਦੇ ਮੂੰਹ ਦੇ ਉੱਤੇ ਤਵੇ ਦੀ ਸਵਾਹ ਮਲੀ ਜਾਵੇ। ਵਪਾਰੀ ਕਹਿੰਦਾ ਜੇ ਮੈਂ ਸਮੁੰਦਰ ਦੀਆਂ ਲਹਿਰਾਂ ਵਿੱਚ ਡੁੱਬ ਜਾਂਦਾ ਤੇ ਹੁਣ ਤੱਕ ਤੇ ਮੈਨੂੰ ਮੱਛੀਆਂ ਨੇ ਵੀ ਖਾ ਲੈਣਾ ਸੀ। ਮੈਂ ਲੋਕ ਲਾਜ ਤਿਆਗ ਦੇਵਾਂਗਾ, ਆਪਣਾ ਅਮੀਰੀ ਪੁਣਾ ਤਿਆਗ ਦੇਵਾਂਗਾ। ਚੜ ਗਿਆ ਕੋਠੇ ਦੇ ਉੱਤੇ, ਕਹਿੰਦੇ ਮੂੰਹ ਦੇ ਉੱਤੇ, ਪਿੰਡੇ ਦੇ ਉੱਤੇ, ਹੱਥਾਂ ਦੇ ਉੱਤੇ ਲੋਹ ਦੀ ਕਾਲਕ ਮਲ ਕੇ ਨਾ ਤੇ ਪੱਲੂ ਫੇਰ ਦਿੱਤਾ। ਕਹਿੰਦਾ ਉਹ ਦੁਨੀਆਂ ਦੇ ਲੋਕੋ, ਗੁਰੂ ਲਾ ਦੋ ਰੇ, ਗੁਰੂ ਲਾ ਦੋ ਰੇ, ਗੁਰੂ ਲਾ ਦੋ ਰੇ। ਆ ਬਾਈ ਤੇ ਪਖੰਡੀ ਬੈਠੇ ਨੇ, ਜਿਹੜੀ ਗੁਰੂ ਨਾਨਕ ਦੀ ਜੋਤ ਹੈ ਨਾ ਉਹ ਘੋੜੇ ਵਿੱਚ ਬੈਠੇ ਤੇਗ ਬਹਾਦਰ ਦੇ ਵਿੱਚ ਜਗਦੀ ਹੈ। ਗੱਜ ਕੇ ਆਖੋ ਸਤਨਾਮ। ਜ਼ਿੰਦਗੀ ਵਿੱਚ ਜੇ ਹੋ ਸਕੇ ਨਾ, ਹੋਰ ਕਿਤੇ ਜਿੱਥੇ ਮਰਜ਼ੀ ਜਾਇਓ ਜਾਂ ਨਾ ਜਾਇਓ, ਬਕਾਲੇ ਦੀ ਧਰਤੀ ਵਿੱਚ ਆਪ ਤੇ ਆਪਣੇ ਬੱਚਿਆਂ ਨੂੰ ਲੈ ਕੇ ਜਾਇਓ। ਗੁਰੂ ਤੇਗ ਬਹਾਦਰ ਦੇ ਭੋਰੇ ਦੇ ਵਿੱਚ ਜਿੱਥੇ 26 ਸਾਲ ਉਹਨਾਂ ਨੇ ਬੰਦਗੀ ਕੀਤੀ ਹੈ, ਇਹ ਗੱਲਾਂ ਆਉਣ ਵਾਲੇ ਦਿਨਾਂ ਵਿੱਚ ਹੁਣ ਤੁਹਾਡੇ ਨਾਲ ਸਾਂਝੀਆਂ ਕਰਨੀਆਂ। ਬੱਚਿਆਂ ਨੂੰ ਜ਼ਰੂਰ ਲੈ ਕੇ ਜਾਇਓ, ਇੱਕ ਬੜਾ ਵੱਡਾ ਅਧਿਆਤਮਕ ਗਿਆਨ ਮਿਲਦਾ ਹੈ, ਜੀਵਨ ਵਿੱਚ ਅਡੋਲਤਾ ਮਿਲਦੀ ਹੈ, ਇਕਾਗਰਤਾ ਮਿਲਦੀ ਹੈ, ਰਹਿਮਤ ਮਿਲਦੀ ਹੈ। ਖਿਆਲ ਕਰਿਓ ਜੀ। ਕਹਿੰਦਾ ਮਹਾਰਾਜ ਬਾਹਰ ਬਾਈ ਪਖੰਡੀ ਬੈਠੇ ਆ, ਭੋਰੇ ਚੋਂ ਬਾਹਰ ਆਵੋ। ਸਤਿਗੁਰੂ ਜੀ ਬਾਹਰ ਆਏ, ਉਹਨੇ ਫਿਰ ਐਨ ਮਹਾਰਾਜ ਨੂੰ ਆਪਣੇ ਹੱਥਾਂ ਨਾਲ ਇਸ਼ਨਾਨ ਕਰਾਇਆ, ਬਹੁਤ ਸੋਹਣੇ ਕੱਪੜੇ ਲਿਆਇਆ ਸੀ। ਉਹ ਗੁਰੂ ਤੇਗ ਬਹਾਦਰ ਮਹਾਰਾਜ ਸੱਜੇ ਪਾਤਸ਼ਾਹ ਦੇ ਗਲ ਕੱਪੜੇ ਪਵਾਏ ਗਏ, ਸੀਸ ਉੱਤੇ ਸੋਹਣੀ ਦਸਤਾਰ ਸਜਾਈ ਗਈ। ਉੱਥੋਂ ਭੋਰੇ ਤੋਂ ਕੇਵਲ ਤੇ ਕੇਵਲ 22 ਕਰਮਾਂ ਨੇ, 5.5 ਫੁੱਟ ਦੀ ਕਰਮ ਹੁੰਦੀ ਹੈ ਕਹਿ ਲਓ, 100 ਫੁੱਟ ਦੀ ਦੂਰੀ ਦੇ ਉੱਤੇ ਤਖ਼ਤ ਲਾ ਕੇ ਗੁਰੂ ਤੇਗ ਬਹਾਦਰ ਨੂੰ ਤਖ਼ਤ ਉੱਤੇ ਬਿਠਾ ਦਿੱਤਾ। ਉਹ ਨਿਸ਼ਾਨੀ ਬਕਾਲੇ ਦੀ ਧਰਤੀ ਵਿੱਚ ਹਾਲੇ ਵੀ ਮਿਲਦੀ ਹੈ, ਉੱਥੇ ਲਿਖਿਆ ਹੋਇਆ ਹੈ ਮੇਰੀਓ ਭੈਣੋ। ਹੁਣ ਉਹਨੇ 500 ਮੋਹਰਾਂ ਮੱਥਾ ਟੇਕੇ ਆਏ, ਤੁਹਾਡੇ ਵਰਗੀਆਂ ਲੱਖਾਂ ਸੰਗਤਾਂ ਨੇ ਗੁਰੂ ਤੇਗ ਬਹਾਦਰ ਦੇ ਦਰਸ਼ਨ ਕੀਤੇ, ਚਰਨਾਂ ਦੇ ਉੱਤੇ ਮੱਥਾ ਟੇਕਿਆ, ਅਕੀਦਤ ਸ਼ਰਧਾ ਦੇ ਫੁੱਲ ਭੇਟ ਕੀਤੇ। ਮੱਖਣ ਸ਼ਾਹ ਕਹਿੰਦਾ ਦਾਦਾ ਜੀ ਕੱਲ੍ਹ ਨੂੰ ਮੈਂ ਫਿਰ ਆਵਾਂਗਾ। ਲੈ ਕੇ ਆਪਣੀਆਂ ਫੌਜਾਂ ਨੂੰ ਆਪਣੇ ਡੇਰੇ ਨੂੰ ਤੁਰ ਗਿਆ। ਉੱਥੋਂ 15 ਮੀਲ ਦੀ ਦੂਰੀ ਉੱਤੇ ਉਹਦਾ ਡੇਰਾ ਸੀ, ਪਿੱਛੇ ਰਹਿ ਗਿਆ ਗੁਰੂ ਤੇਗ ਬਹਾਦਰ ਮਹਾਰਾਜ ਦੇ ਗਿਣਤੀ ਦੇ ਸਿੱਖ, ਮਾਤਾ ਨਾਨਕੀ ਤੇ ਮਾਤਾ ਗੁਜਰੀ ਜੀ। ਜਿਹੜਾ ਧੀਰਮਲ ਸੀ ਨਾ, 7ਵੇਂ ਗੁਰਾਂ ਦਾ ਭਰਾ, ਮੈਂ ਤੁਹਾਡੇ ਨਾਲ ਕੱਲ ਵੀ ਬਚਨ ਕਰਕੇ ਗਿਆ ਸੀ, ਉਹਦੇ ਕੋਲ ਬੜੇ ਬੜੇ ਕੁੰਡੇ ਪਾਲੇ ਹੋਏ ਸੀ। ਇਹ ਗੁਰੂ ਘਰਾਂ ਦੇ ਉੱਤੇ ਅੱਜ ਹੀ ਕਬਜ਼ੇ ਨਹੀਂ ਹੁੰਦੇ, ਗੁਰੂ ਕੀ ਗੋਲ ਕੁੱਤੇ ਅੱਜ ਹੀ ਨਹੀਂ ਕਬਜ਼ੇ ਹੁੰਦੇ, ਲੜਾਈਆਂ ਅੱਜ ਹੀ ਨਹੀਂ ਹੁੰਦੀਆਂ, ਲੜਾਈਆਂ ਉਹਨਾਂ ਵੇਲਿਆਂ ਵਿੱਚ ਵੀ ਹੁੰਦੀਆਂ ਸੀ। ਇਤਿਹਾਸ ਵਿੱਚ ਲਿਖਿਆ ਹੈ ਕਿ ਇਹਨੇ ਸ਼ੀਹੇ ਮਸੰਦ ਨੂੰ ਹੁਕਮ ਦਿੱਤਾ, ਕਹਿੰਦਾ ਉਹ ਲੈਣਾ ਕੁੰਡਿਆਂ ਦੀ ਫੌਜ। ਪਤਾ ਲੱਗਾ ਹੈ ਕਿ ਮੱਖਣ ਸ਼ਾਹ ਆਪਣੇ ਡੇਰੇ ਨੂੰ ਤੁਰ ਗਿਆ, ਉਹਦੀਆਂ ਫੌਜਾਂ ਵੀ ਕਿਲੇ ਗਈਆਂ ਤੇ ਜਾ ਕੇ ਗੁਰੂ ਤੇਗ ਬਹਾਦਰ ਦਾ ਡੇਰਾ ਲੁੱਟ ਲਾ। ਕਦੇ ਬਕਾਲੇ ਦੀ ਧਰਤੀ ਵਿੱਚ ਜਾ ਕੇ ਦੇਖਿਓ, ਅੱਜ ਵੀ ਗੁਰੂ ਤੇਗ ਬਹਾਦਰ ਦੇ ਮੱਥੇ ਵਿੱਚ ਜਿਹੜੀ ਗੋਲੀ ਵੱਜੀ ਸੀ, ਲਹੂ ਦੇ ਤਿਪਕੇ ਧਰਤੀ ਉੱਤੇ ਡੁੱਲੇ ਨੇ। ਉਹ ਲਹੂ ਜਿਹੜਾ ਇਹ ਕਰਮਾਂ ਵਾਲੇ, ਉਹ ਤੁਹਾਨੂੰ ਪਿਆਰ ਭਰੀਆਂ ਆਵਾਜ਼ਾਂ ਮਾਰਦਾ, ਉਹਦੇ ਚੋਂ ਖੁਸ਼ਬੂ ਆਉਂਦੀ ਹੈ ਧਰਤੀ ਚੋਂ, ਮੈਂ ਉਹ ਧਰਤੀ ਹਾਂ ਜਿੱਥੇ ਗੁਰੂ ਤੇਗ ਬਹਾਦਰ ਮਹਾਰਾਜ ਸੱਜੇ ਪਾਤਸ਼ਾਹ ਦੇ ਮੱਥੇ ਸ਼ੀਹੇ ਮਸੰਦ ਨੇ ਗੋਲੀ ਮਾਰੀ ਸੀ, ਇਹ ਧਰਤੀ ਦੇ ਉੱਤੇ ਲਹੂ ਦੇ ਟਿਪਕੇ ਡੁੱਲੇ ਸੀ। ਇੱਕ ਸਿੱਖ ਦੌੜ ਕੇ ਮੱਖਣ ਸ਼ਾਹ ਦੇ ਕੋਲ ਗਿਆ, ਜਦੋਂ ਸੁਣੀ ਗੱਲ, ਉਹਨੇ 500 ਘੋੜ ਸਵਾਰ ਯੋਧਿਆਂ ਨੂੰ ਹੁਕਮ ਦਿੱਤਾ, ਉਹ ਮੇਰੇ ਜਿਉਂਦਿਆਂ ਮੇਰੇ ਗੁਰੂ ਤੇਗ ਬਹਾਦਰ ਜੀ ਨੇ ਡੁੱਬ ਦਾ ਬੇੜਾ ਬੰਨੇ ਲਾਇਆ, ਕਿਸੇ ਪਾਪੀ ਨੇ ਗੋਲੀ ਚਲਾਈ ਹੈ, ਇਹਨਾਂ ਦੇ ਟੁਕੜੇ ਟੁਕੜੇ ਕਰਕੇ ਕਾਵਾਂ ਦੇ ਕੁੱਤਿਆਂ ਨੂੰ ਪਾ ਦਿਆਂਗਾ, ਪਾ ਲਓ ਧੀਰਮਲ ਦੇ ਡੇਰੇ ਨੂੰ ਘੇਰਾ, ਇਹਨਾਂ ਦੀਆਂ ਮੁਸ਼ਕਾਂ ਵੱਧ ਕੇ ਇਹਨਾਂ ਨੂੰ ਕੁੱਟ ਕੁੱਟ ਕੇ ਮੇਰੀਓ ਭੈਣੋ ਵੀਰੋ, ਗੁਰਮੁਖ ਜਨੋ, ਗੁਰੂ ਤੇਗ ਬਹਾਦਰ ਦੇ ਚਰਨਾਂ ਵਿੱਚ ਲੈ ਜਾਂਦਾ। ਨਿਰਵੈਰ ਸਤਿਗੁਰੂ ਦੇ ਗੁਣ ਦੇਖਿਓ, ਮਹਾਰਾਜ ਕਮਰੇ ਤੋਂ ਬਾਹਰ ਆਏ ਤੇ ਮੱਖਣ ਸ਼ਾਹ ਕਹਿੰਦਾ, ਸਤਿਗੁਰਾ ਇੱਕ ਵਾਰੀ ਹੁਕਮ ਦੇ ਦੇ, ਜਿਹਨਾਂ ਨੇ ਤੇਰੇ ਤੇ ਗੋਲੀ ਚਲਾਈ ਨਾ, ਇਹਨਾਂ ਦੇ ਟੁਕੜੇ ਟੁਕੜੇ ਕਰਕੇ ਕਾਵਾਂ ਕੁੱਤਿਆਂ ਨੂੰ ਪਾ ਦਿਆਂਗਾ। ਨਿਰਵੈਰ ਸਤਿਗੁਰੂ ਗੁਰੂ ਤੇਗ ਬਹਾਦਰ ਕਹਿੰਦੇ, ਨਾ ਮੱਖਣ ਸ਼ਾਹ, ਇਹਨਾਂ ਨੇ ਸਾਡੇ ਨਾਲ ਈਰਖਾ ਕੀਤੀ ਹੈ, ਪਾਪ ਕਮਾਇਆ ਹੈ, ਜੇ ਅਸੀਂ ਇਹਨਾਂ ਨਾਲ ਇਹਨਾਂ ਵਰਗਾ ਵਰਤਾਓ ਕੀਤਾ ਤੇ ਫਿਰ ਇਹਨਾਂ ਵਿੱਚ ਤੇ ਸਾਡੇ ਵਿੱਚ ਕੀ ਫਰਕ ਰਹਿ ਜਾਵੇਗਾ। ਮਿੱਠ ਬੋਲਣਾ ਜੀ ਹਰ ਸੱਜਣ ਸਵਾਮੀ ਮੋਰਾ, ਹਾਂ ਸਬਰ ਥੱਕੀ ਜੀ ਉਹ ਕਦੇ ਨਾ ਬੋਲੇ, ਕੌੜਾ ਕੌੜਾ ਬੋਲ ਨਾ ਜਾਣੇ, ਪੂਰਨ ਭਗਵਾਨੇ ਔਗਣ ਨਾ ਚਿਤਾਰ, ਔਗਣ ਕੋ ਨਾ ਚਿਤਾਰੇ, ਸਤਿਗੁਰੂ ਕਦੇ ਸਾਡਾ ਔਗਣ ਚਿਤਾਰਦਾ ਹੈ? ਅਸੀਂ ਤੇ ਬੰਦਿਆਂ ਨੂੰ ਅਲਾਮੇ ਦੇਈ ਜਾਂਦੇ ਹਾਂ, ਗੁਰੂ ਕੇ ਪਿਆਰ ਵਾਲਿਓ, ਲੈ ਮੈਂ ਤੈਨੂੰ ਸੱਦਿਆ ਸੀ ਤੂੰ ਆਇਆ ਨਹੀਂ, ਅਗਲੇ ਦੀ ਭਾਵੇਂ ਕਿੰਨੀ ਵਾਰੀ ਪੂਰੀ ਹੋਵੇ, ਮਾਫ ਕਰਨਾ। ਸੱਚੇ ਸਤਿਗੁਰੂ ਦੇ ਕੋਲੋਂ ਗੁਰੂ ਕੀ ਸੰਗਤ ਕੋਈ ਗਿਆਨ ਦਾ ਖਜ਼ਾਨਾ ਪ੍ਰਾਪਤ ਕਰ ਲਈਏ। ਅੱਗੇ ਚੱਲੀਏ, ਮਹਾਰਾਜ ਕਹਿੰਦੇ ਇਹ ਮੋਹਰਾਂ ਵੀ ਇਹਨਾਂ ਨੂੰ ਦੇ ਦਿਓ, ਇਹ ਰੱਬੀ ਬਾਣੀ ਵਾਲਾ ਗ੍ਰੰਥ ਵੀ ਇਹਨਾਂ ਨੂੰ ਦੇ ਦਿਓ, ਇਹਨਾਂ ਨੂੰ ਮੁਆਫ ਕਰ ਦਿਓ। ਤੇ ਨਾਲ ਹੀ ਆਪਣੀ ਮਾਂ ਨੂੰ ਕਹਿੰਦੇ, ਮਾਂ ਆਪਣੇ ਪੇਕੇ ਪਿੰਡ ਦੇ ਆਖਰੀ ਵਾਰ ਦਰਸ਼ਨ ਕਰ ਲਾ, ਆਪਾਂ ਬਾਬੇ ਬਕਾਲੇ ਦੀ ਧਰਤੀ ਨੂੰ ਛੱਡ ਦੇਣਾ।
92 ਸਾਲ ਦੀ ਉਮਰ ਹੋ ਗਈ ਸੀ ਉਦੋਂ ਮਾਤਾ ਨਾਨਕੀ ਜੀ ਦੀ। ਲੋ ਭਾਗਾਂ ਵਾਲਿਓ ਕਹਿੰਦੇ ਪਿਆਰ ਦੇ ਅੱਖਾਂ ਵਿੱਚ ਦੋ ਹੰਝੂ ਆਏ। ਅੱਜ ਪੇਕੇ ਪਿੰਡ ਨੂੰ ਛੱਡਣ ਲੱਗੀ ਏ ਮੀਰੀ ਪੀਰੀ ਦੇ ਮਾਲਕ ਦੀ ਤੀਜੀ ਪਤਨੀ ਤੇ ਨੌਵੇਂ ਗੁਰੂ ਤੇਗ ਬਹਾਦਰ ਮਹਾਰਾਜ ਦੀ ਮਾਤਾ ਤੇ ਗੁਰੂ ਗੋਬਿੰਦ ਸਿੰਘ ਦੀ ਦਾਦੀ ਨਾਨਕੀ। ਆਪਣੀ ਨੌਂ ਨੂੰ ਕਹਿੰਦੀ ਧੀਏ ਅਕਾਲ ਪੁਰਖ ਦਾ ਭਾਣਾ ਮੰਨਣਾ ਏ। ਅੱਜ ਇਸ ਧਰਤੀ ਨੂੰ ਤੇਰੇ ਨੌਵੇਂ ਨਾਨਕ ਤੇਰੇ ਪਤੀ ਤੇਗ ਬਹਾਦਰ ਨੇ ਵਚਨ ਕਰ ਦਿੱਤਾ ਏ ਆਪਾਂ ਛੱਡਣਾ ਏ। ਛੱਡ ਕੇ ਜਾਣਾ ਕਿੱਥੇ ਹੈ? ਮਹਾਰਾਜ ਕਹਿਣ ਲੱਗੇ ਮਾਤਾ ਜਿੱਥੇ ਪ੍ਰਮਾਤਮਾ ਲੈ ਜਾਵੇ ਬਕਾਲੇ ਦੀ ਧਰਤੀ ਤੋਂ ਸੈਂਕੜੇ ਸੰਗਤਾਂ ਢੋਲਕੀਆਂ ਚਮਦਿਆਂ ਨਾਲ ਕੀਰਤਨ ਕਰਦਿਆਂ ਕਹਿੰਦੇ ਹਰੀ ਮੰਦਰ ਦੇ ਦਰਸ਼ਨ ਕਰ ਲਈਏ। ਗੁਰੂ ਕੇ ਮਹਿਲਾਂ ਦੇ ਅਕਾਲ ਦੇ ਤਖ਼ਤ ਦੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਦੀ ਧਰਤੀ ਨੂੰ ਨਤਮਸਤਕ ਹੋ ਲਈਏ। ਵੱਡਿਆਂ ਵਡੇਰਿਆਂ ਗੁਰੂ ਰਾਮਦਾਸ ਦੇ ਘਰ ਨੂੰ ਮੱਥਾ ਟੇਕ ਲਈਏ। ਜਦੋਂ ਅੰਮ੍ਰਿਤਸਰ ਆਏ ਨਾ ਕਰਨਾ ਵਾਲਿਓ ਇੱਥੇ ਵੀ ਭੀਰਮਲ ਦੇ ਕੇਲੇ ਵਸੰਦਾਂ ਦਾ ਕਬਜ਼ਾ ਸੀ। ਵਾਹ ਕਰਨਾ ਗੁਰੂ ਦੇ ਪਿਆਰ ਵਾਲਿਓ ਕਈ ਵਾਰੀ ਇਹ ਬਚਨ ਕਹੀਦਾ ਤੇ ਕਈ ਲੋਕ ਗੁੱਸਾ ਕਰ ਦਿੰਦੇ ਨੇ। ਇਤਿਹਾਸ ਦੇ ਉੱਤੇ ਕਿਹੜੀ ਗੱਲ ਦਾ ਗੁੱਸਾ? ਗੁਰੂਆਂ ਨੇ ਬਚਨ ਉਹਨਾਂ ਲੋਕਾਂ ਲਈ ਕੀਤੇ ਸੀ। ਆਪਣੇ ਪਰਿਵਾਰ ਨੂੰ ਨਾਲ ਲੈ ਕੇ ਦਰਸ਼ਨੀ ਡਿਊਟੀ ਦੇ ਅੱਗੇ ਆ ਗਿਆ ਧੰਨ ਗੁਰੂ ਤੇਗ ਬਹਾਦਰ ਮਾਤਾ ਤੇ ਪਤਨੀ। ਜਦੋਂ ਹਰਿਮੰਦਰ ਸਾਹਿਬ ਵੱਲ ਨੂੰ ਜਾਣ ਲੱਗੇ ਇਹਨਾਂ ਪਾਪੀ ਤੇ ਲੋਭੀ ਲੋਕਾਂ ਨੇ ਦਰਬਾਰ ਸਾਹਿਬ ਦੇ ਦਰਵਾਜ਼ੇ ਅੰਦਰੋਂ ਬੰਦ ਕਰ ਲਏ। ਮਹਾਰਾਜ ਨੇ ਕੇਵਲ ਇੰਨਾ ਬਚਨ ਕੀਤਾ ਸੀ ਅੰਮ੍ਰਿਤ ਸਰੀਏ ਅੰਦਰੋਂ ਸੜੀਏ। ਮਾਫ਼ ਕਰਨਾ ਅਸੀਂ ਕਿਸੇ ਦੀ ਪਰਵਾਹ ਨਹੀਂ ਉਹ ਕਰਦੇ। ਇਹ ਉਹਨਾਂ ਲੋਕਾਂ ਵਾਸਤੇ ਬਚਨ ਕੀਤਾ ਸੀ ਜਿਨ੍ਹਾਂ ਨੇ ਦਰਵਾਜ਼ੇ ਬੰਦ ਕੀਤੇ ਸੀ, ਅੱਜ ਦੇ ਲੋਕਾਂ ਵਾਸਤੇ ਨਹੀਂ। ਕਈ ਕਿਰਖਾਲੂ ਲੋਕ ਇਹੋ ਜਿਹੇ ਵੀ ਹੈਗੇ ਨੇ ਉਹ ਕਰਮਾਂ ਵਾਲੇ, ਉਹ ਦਿਲ ਦੇ ਦਰਵਾਜ਼ੇ ਖੋਲਣ ਦਾ ਯਤਨ ਕਰੀਏ। ਬਚਨ ਕਰਦਾ ਯਾਰ ਆਸਾਂ ਸਤਿਗੁਰ ਬੰਦੀ ਛੋੜ ਹੈ ਜੀਵਨ ਮੁਕਤ ਕਰੇ ਔਡੀਨਾ। ਭੈਣੋ ਉੱਥੇ ਮਾਈਆਂ ਆ ਮੇਰੀਆਂ ਵੱਡੀਆਂ ਬੀਬੀਆਂ ਬੈਠੀਆਂ ਨੇ, ਤੁਹਾਡੇ ਚਰਨਾਂ ਦੀ ਧੂੜ ਬੀਬੀਓ ਸਿਰ ਮੱਥੇ। ਗੁਰੂ ਤੇਗ ਬਹਾਦਰ ਨੇ ਤੁਹਾਨੂੰ ਇੱਕ ਵਰ ਦਿੱਤਾ ਸੀ, ਸਿਆਣੀਆਂ ਮਾਵਾਂ ਦੇ ਚਿਹਰੇ ਵੱਲ ਤੱਕੋ, ਉਹਨਾਂ ਦੇ ਨਾਲ ਪਿਆਰ ਦੇ ਦਿਓ, ਬਚਨ ਕਰ ਲਓ ਕਰਮਾਂ ਵਾਲੇ, ਉਹ ਰੱਬ ਦੀ ਤਸਵੀਰ ਉਹਨਾਂ ਦੇ ਚਿਹਰੇ ਵਿੱਚੋਂ ਨਜ਼ਰ ਆ ਜਾਵੇਗੀ। ਗੱਜ ਕੇ ਕਹਿ ਦਿਓ ਸਤਨਾਮ। ਅਕਾਲ ਤਖ਼ਤ ਦੇ ਪਿਛਲੇ ਬੰਨੇ ਇੱਕ ਗੁਰਦੁਆਰਾ ਹੈ ਕੋਠਾ ਸਾਹਿਬ। ਮਹਾਰਾਜ ਉਹ ਕੱਚਾ ਕੋਠਾ ਸੀ ਉਹਦੇ ਵਿੱਚ ਬਹਿ ਗਏ ਤੇ ਬੀਬੀਆਂ ਭੈਣਾਂ ਨੂੰ ਪਤਾ ਲੱਗਾ ਕਿ ਪਾਪੀਆਂ ਨੇ ਕਰਤੂਤ ਕੀਤੀ ਹੈ, ਦਰਵਾਜ਼ੇ ਬੰਦ ਕਰ ਲਏ। ਉਹ ਦੁੱਧ ਦੇ ਕਾਹਨੇ ਲੈ ਕੇ ਆ ਗਈਆਂ, ਬੜਾ ਕੁਝ ਪਦਾਰਥ ਲੈ ਕੇ। ਮਹਾਰਾਜ ਨੇ ਇੱਕ ਗਲਾਸ ਦੁੱਧ ਦਾ ਪੀਤਾ ਹੈ ਤੇ ਆਖਿਆ ਹੈ ਮਾਈਆਂ ਰੱਬ ਰਜਾਈਆਂ, ਇਹਨਾਂ ਮਾਵਾਂ ਨੂੰ ਰੱਬ ਦੇ ਘਰ ਵਿੱਚੋਂ ਰੱਜ ਮਿਲ ਜਾਵੇਗਾ। ਤੇ ਸੱਚ ਕਰਕੇ ਜਾਣਿਓ ਉਹਨਾਂ ਮਾਵਾਂ ਦੀਆਂ ਰੂਹਾਂ ਦੇ ਅੱਜ ਵੀ ਭਗਤੀ ਵਾਲਿਆਂ ਲੋਕਾਂ ਨੂੰ ਉਸ ਪਾਵਨ ਧਰਤੀ ਦੇ ਵਿੱਚ ਦਰਸ਼ਨ ਹੁੰਦੇ ਨੇ ਤੇ ਉਹਨਾਂ ਦੇ ਬੇੜੇ ਪਾਰ ਹੋ ਜਾਂਦੇ ਨੇ। ਇਹ ਸ਼ਰਧਾ ਵਾਲਿਆਂ ਬੰਦਿਆਂ ਦੀਆਂ ਗੱਲਾਂ ਨੇ। ਮਾਂ ਕਹਿੰਦੀ ਪੁੱਤਰ ਹੁਣ ਆਪਾਂ ਕਿੱਥੇ ਜਾਵਾਂਗੇ? ਗੁਰੂ ਤੇਗ ਬਹਾਦਰ ਕਹਿੰਦੇ ਜਿੱਥੇ ਪ੍ਰਮਾਤਮਾ ਲੈ ਜਾਵੇ। ਲਓ ਜੀ ਇੱਥੋਂ ਹੁਣ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦੀ ਗਾਥਾ ਜਿਹੜੀ ਅਵਤਾਰ ਦੀ ਗਾਥਾ ਆਰੰਭ ਹੋਣ ਲੱਗੀ ਹੈ, ਧਿਆਨ ਦੇ ਨਾਲ ਬਚਨ ਸੁਣਿਓ। ਮੈਂ ਚਾਹੁੰਦਾ ਸਾਂ ਕਿ ਗੱਲ ਨੂੰ ਕੀਰਤਪੁਰ ਸਾਹਿਬ ਦੀ ਧਰਤੀ ਤੋਂ ਆਰੰਭ ਕੀਤਾ ਜਾਵੇ। ਖਾਲਸਾ ਜੀਓ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਸਿੱਖ ਕੁਝ ਆਟਾ ਦਾਣਾ ਕੁਝ ਰੱਬ ਦੀਆਂ ਰਹਿਮਤਾਂ, ਚਲੋ ਚੱਲ ਗਏ ਹਰੀ ਮੰਦਰ ਦੇ ਦਰਸ਼ਨ ਕਰ ਲਓ, ਮੁੜ ਕੇ ਜ਼ਿੰਦਗੀ ਵਿੱਚ ਹੋ ਸਕਦਾ ਇਹ ਮੌਕਾ ਨਾ ਮਿਲੇ। ਇੱਥੋਂ ਚੱਲ ਕੇ ਸਤਿਗੁਰੂ ਜੀ ਸਿੱਧਾ ਤਰਨ ਤਾਰਨ ਆ ਗਏ, ਉੱਥੋਂ ਗੋਇੰਦਵਾਲ ਸਾਹਿਬ ਆ ਗਏ, ਇੱਥੋਂ ਬੇੜਿਆਂ ਦੇ ਰਾਹੀਂ ਦਰਿਆ ਬਿਆਸਾ ਪਾਰ ਕਰਕੇ ਮਹਾਰਾਜ ਦੁਆਬੇ ਵਿੱਚ ਆ ਗਏ। ਸਤਿਗੁਰੂ ਜੀ ਇੱਥੋਂ ਸਿੱਧੇ ਹੀ ਸੁਲਤਾਨਪੁਰ ਲੋਧੀ ਤੇ ਨਕੋਦਰ ਤੇ ਅੱਗੇ ਫਗਵਾੜਾ ਲੁਧਿਆਣਾ ਪੰਜਾਬ ਦੀਆਂ ਹੱਦਾਂ ਨੂੰ ਪਾਰ ਕਰਕੇ ਕਰਮਾਂ ਵਾਲੇ ਉਹ ਯੂਪੀ ਦੀਆਂ ਜੰਗਲਾਂ ਵਿੱਚ ਆ ਗਏ ਨੇ। ਦਿੱਲੀ ਤੋਂ ਬਾਹਰ ਬਾਹਰ ਗੁਰੂ ਤੇਗ ਬਹਾਦਰ ਮਹਾਰਾਜ ਆਪਣੀਆਂ ਸਿੱਖਾਂ ਨੂੰ ਲੈ ਕੇ ਪਹੁੰਚੇ ਕਿੱਥੇ? ਅਲਾਹਾਬਾਦ ਦੀ ਧਰਤੀ ਜਿੱਥੇ ਤਿੰਨ ਨਦੀਆਂ ਆਪਸ ਵਿੱਚ ਅੰਨ ਕੇ ਮਿਲਦੀਆਂ ਨੇ, ਗੰਗਾ ਜਮਨਾ ਸਰਸਵਤੀ। ਹਿੰਦੁਸਤਾਨ ਦੇ ਹਿੰਦੂ ਧਰਮ ਦਾ ਦੁਨੀਆਂ ਦਾ ਇਹ ਸਭ ਤੋਂ ਵੱਡਾ ਤੀਰਥ ਹੈ। ਤਿੰਨ ਨਦੀਆਂ ਆਪਸ ਵਿੱਚ ਅੰਨ ਕੇ ਗੱਲ ਵੱਕਣੀ ਪੈਂਦੀ ਹੈ। ਅਸੀਂ ਕਈ ਵਾਰੀ ਉਸ ਇਲਾਕੇ ਵਿੱਚ ਕੀਰਤਨ ਕਰਨ ਗਏ ਹਾਂ, ਉਹ ਕਹਿੰਦੇ ਸਾਨੂੰ ਇਸ ਗੱਲ ਦਾ ਮਾਣ ਹੀ ਬਹਿਕਾ, ਫਿਰ ਤੁਹਾਡਾ ਮਾਣ ਜਿਹੜਾ ਹੈ ਨਾ ਉਹ ਥੋੜਾ ਜਿਹਾ ਛੋਟਾ ਹੈ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਇੱਥੇ ਆਏ ਨੇ, ਇਹ ਧਰਤੀ ਦੁਨੀਆਂ ਦੇ ਵਿੱਚ ਪਾਪੂਲਰ ਹੋ ਗਈ, ਪਰ ਜਿੱਥੋਂ ਅਸੀਂ ਆਏ ਹਾਂ ਹਰੀ ਕਾ ਪੱਤਣ, ਉੱਥੇ ਚਾਰ ਪਾਣੀ ਅੜ ਕੇ ਦਰਿਆ ਸਤਲੁਜ ਬਿਆਸਾ ਸੁਲਤਾਨਪੁਰ ਲੋਧੀ ਵਾਲੀ ਤੇ ਜਲੰਧਰ ਵਾਲੀ ਵੇਈ ਚਾਰ ਪਾਣੀ ਆਣ ਕੇ ਇਕੱਠੇ ਹੁੰਦੇ ਨੇ, ਇੱਕ ਪਾਣੀ ਵੱਧ ਆਣ ਕੇ ਇਕੱਠਾ ਹੁੰਦਾ ਹੈ। ਵਾਹਿਗੁਰੂ ਕਿਰਪਾ ਕਰੇ। ਮਹਾਰਾਜ ਗੁਰੂ ਤੇਗ ਬਹਾਦਰ ਕਹਿੰਦੇ ਮਾਤਾ ਜੀ ਆਪਾਂ ਇੱਥੇ ਥੋੜਾ ਸਮਾਂ ਠਹਿਰਾਂਗੇ। ਮਾਤਾ ਨਾਨਕੀ ਦਾ ਤੰਬੂ ਵੱਖਰਾ ਲੱਗ ਗਿਆ, ਮਾਤਾ ਗੁਜਰੀ ਜੀ ਦਾ ਤੰਬੂ ਵੱਖਰਾ ਲੱਗ ਗਿਆ, ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਵਾਸਤੇ ਤੰਬੂ ਲੱਗ ਗਿਆ, ਸੰਗਤਾਂ ਲਈ ਤੰਬੂ ਲੱਗ ਗਏ। ਇੱਕ ਬੰਨੇ ਤਿੰਨ ਨਦੀਆਂ ਦਾ ਪਾਣੀ, ਇੱਕ ਬੰਨੇ ਦੀ ਵੱਡੀ ਜਰਨੈਲੀ ਸੜਕ ਲੰਘਦੀ ਏ,
ਗੁਰੂ ਤੇਗ ਬਹਾਦਰ ਮਹਾਰਾਜ ਨੇ ਰਾਤ ਕੱਟੀ ਹੈ ਤੇ ਅੰਮ੍ਰਿਤ ਵੇਲੇ ਫਿਰ ਦਰਬਾਰ ਆਇਆ ਏਦਾਂ ਦਰਬਾਰ ਤੱਕਾ ਵੱਡੇ ਤੰਬੂ ਦੇ ਵਿੱਚ ਆਸਾ ਜੀ ਦੀ ਵਾਰਤਾ ਰਾਗੀਆਂ ਨੇ ਕੀਰਤਨ ਕੀਤਾ ਅਰਦਾਸ ਹੋਈ ਏ ਮਹਾਰਾਜ ਨੇ ਭਜਨ ਕੀਤੇ ਕੜਾ ਪ੍ਰਸ਼ਾਦ ਵਰਤਾਇਆ ਗਿਆ ਤੇ ਸਤਿਗੁਰੂ ਉੱਠ ਕੇ ਆਪਣੀ ਮਾਤਾ ਨੂੰ ਮੱਥਾ ਟੇਕਣ ਗਏ ਕਿਉਂਕਿ ਮਾਂ ਦੀ ਉਮਰ ਬਹੁਤ ਵੱਡੀ ਹੋ ਗਈ ਆਹ ਹੁਣ ਗੱਲ ਧਿਆਨ ਨਾਲ ਸੁਣਿਓ ਜਦੋਂ ਜਾ ਕੇ ਆਪਣੀ ਮਾਂ ਨੂੰ ਮੱਥਾ ਟੇਕਿਆ ਪੂਰੀ 93 ਸਾਲ ਦੀ ਉਮਰ ਹੋ ਗਈ ਸੀ ਮਾਤਾ ਨਾਨਕੀ ਦੀ ਉਸ ਵੇਲੇ ਤੇ ਮਾਂ ਦੀਆਂ ਅੱਖਾਂ ਵਿੱਚੋਂ ਛੰਭ ਛੰਭ ਹੰਝੂ ਵਹਿ ਤੁਰੇ ਇੱਕ 93 ਸਾਲ ਦੀ ਮਾਂ ਦੀਆਂ ਅੱਖਾਂ ਵਿੱਚ ਹੰਝੂ ਕਰਮਾਂ ਵਾਲੇ ਉਹ ਕਿਉਂ ਆਏ ਬੀਬੀ ਉਹ ਗੱਲ ਧਿਆਨ ਨਾਲ ਸੁਣਿਓ ਮੈਂ ਇਹ ਤਾਂ ਕਹਿ ਰਿਹਾ ਕਿ ਅੱਗੇ ਆਪਣੇ ਬੱਚਿਆਂ ਨੂੰ ਜਾ ਕੇ ਇਹ ਗੱਲਾਂ ਸੁਣਾਉਣੀਆਂ ਨੇ ਗੁਰੂ ਤੇਗ ਬਹਾਦਰ ਵਿਰਾਗ ਵਿੱਚ ਆ ਗਏ ਹੱਥ ਜੋੜ ਕੇ ਕਹਿੰਦੇ ਮਾਂ ਕੀਰਤਪੁਰ ਸਾਹਿਬ ਆਪਣੇ ਪਤੀ ਦੇ ਦੇਸ਼ ਨੂੰ ਛੱਡਣ ਲੱਗਿਆਂ ਤੇਰੀਆਂ ਅੱਖਾਂ ਵਿੱਚ ਹੰਝੂ ਨਹੀਂ ਆਏ ਬਾਬਾ ਬਕਾਲਾ ਆਪਣੇ ਪਿੰਡ ਨੂੰ ਛੱਡਣ ਲੱਗਿਆਂ ਤੇਰੀਆਂ ਅੱਖਾਂ ਵਿੱਚ ਹੰਝੂ ਨਹੀਂ ਆਏ ਅੰਮ੍ਰਿਤਸਰ ਦੀ ਧਰਤੀ ਨੂੰ ਛੱਡਣ ਲੱਗਿਆਂ ਤੇਰੀਆਂ ਅੱਖਾਂ ਵਿੱਚ ਹੰਝੂ ਨਹੀਂ ਆਏ ਪਤੀ ਦੇ ਦੇਸ਼ ਪੰਜਾਬ ਦੀ ਧਰਤੀ ਨੂੰ ਛੱਡ ਕੇ ਯੂਪੀ ਦੀਆਂ ਜੰਗਲਾਂ ਵਿੱਚ ਆ ਗਈ ਏ ਇੱਥੇ ਅਕਾਲ ਪੁਰਖ ਨੇ ਆਪਾਂ ਨੂੰ ਸੁੱਖ ਦਿੱਤਾ ਏ ਇੱਥੇ ਬਹਿ ਕੇ ਬੰਦਗੀ ਕਰਾਂਗੇ ਉਹਨਾਂ ਪਾਪੀ ਲੋਕਾਂ ਤੋਂ ਹਜ਼ਾਰਾਂ ਮੀਲ ਦੂਰ ਮੇਰੀ ਮਾਂ ਤੇਰੀਆਂ ਧਾਹਾਂ ਕਿਉਂ ਨਿਕਲੀਆਂ ਤੇਰੀਆਂ ਅੱਖਾਂ ਵਿੱਚ ਖੁਸ਼ੀਆਂ ਦੇ ਬੋਤੇ ਹੰਝੂ ਕਿਉਂ ਆਏ ਆ ਉੱਠ ਕੇ ਮਾਤਾ ਨਾਨਕੀ ਨੇ ਪੁੱਤਰ ਤੇਗ ਬਹਾਦਰ ਨੂੰ ਗੱਲ ਵੱਕੜੀ ਪਾ ਲਈ ਕਹਿੰਦੀ ਪੁੱਤਰ ਤੇਗ ਬਹਾਦਰ ਇਹ ਇੱਕ ਬਿਰਹਾ ਦੇ ਹੰਝੂ ਨੇ ਇੱਕ ਵਿਰਾਗ ਦੇ ਹੰਝੂ ਨੇ ਅੱਜ ਮੈਨੂੰ ਮੇਰੇ ਪਤੀ ਪਰਮੇਸ਼ਰ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਦਿੱਤਾ ਹੋਇਆ ਬਚਨ ਕੀਤੇ ਆਇਆ ਉਹ ਬਚਨ ਕੀ ਸੀ ਜਦੋਂ ਮੈਂ ਕੀਰਤਪੁਰ ਸਾਹਿਬ ਦੀ ਧਰਤੀ ਵਿੱਚ ਸਾਲਾਂ ਬੱਧੀ ਸੰਗਤ ਦੇ ਜੂਠੇ ਭਾਂਡਿਆਂ ਨੂੰ ਮੰਗਿਆ ਮੁਆਫ ਕਰਨਾ ਗੁਰੂ ਕੀ ਸੰਗਤ ਸਾ ਸੇਵਾ ਕੀਤੀ ਸਫਲ ਹੈ ਜੇ ਸਤਿਗੁਰ ਕਾ ਮਨ ਮੰਨੇ ਸੇਵਾ ਵੀ ਗੁਰੂ ਘਰ ਦੇ ਵਿੱਚ ਉਹ ਹੀ ਸਫਲ ਹੈ ਜਿਹੜੀ ਗੁਰੂ ਆਗਿਆ ਅਨੁਸਾਰ ਕੀਤੀ ਜਾਵੇ ਜੇ ਚਾਰ ਕੁੱਠੇ ਕੱਪ ਚਾਹ ਵਾਲੇ ਜੂਠੇ ਧੋ ਕੇ ਤੇ ਉੱਥੇ 20 ਬੰਦਿਆਂ ਨੂੰ ਜਾ ਕੇ ਰੌਲੀ ਪਾ ਦਿੱਤੀ ਵੀ ਮੈਂ ਭਾਂਡੇ ਧੋ ਕੇ ਆਇਆ ਤੇ ਉਹ ਸੇਵਾ ਦਿਹਾੜੀ ਸਫਲ ਨਹੀਂ ਜੇ ਇੱਕ ਵਾਰੀ ਛੱਡ ਕੇ ਕਹਿ ਰਹੇ ਹੋ ਸਤਨਾਮ ਸੇਵਾ ਉਹ ਸਫਲ ਏ ਜਿਹੜੀ ਗੁਰੂ ਦੀ ਰਜਾ ਵਿੱਚ ਕੀਤੀ ਜਾਵੇ ਮਾਂ ਨਾਨਕੀ ਕਹਿੰਦੀ ਪੁੱਤਰ ਤੇਰੇ ਪਿਤਾ ਮੇਰੇ ਪਤੀ ਉੱਠ ਕੇ ਆ ਗਿਆ ਮੇਰੇ ਸਿਰ ਦੇ ਉੱਤੇ ਹੱਥ ਰੱਖ ਕੇ ਉਹਨਾਂ ਨੇ ਬਚਨ ਕੀਤਾ ਸੀ ਨਾਨਕੀ ਆਪਣੇ ਪੁੱਤਰ ਨੂੰ ਬਾਬੇ ਬਕਾਲੇ ਦੀ ਧਰਤੀ ਵਿੱਚ ਲੈ ਜਾ ਬਹੁਤ ਵੱਡੀ ਬੰਦਗੀ ਤੋਂ ਬਾਹਰ ਇੱਥੇ ਜ਼ੁਲਮ ਦੀਆਂ ਅਟਾਰੀਆਂ ਨੂੰ ਢਾਉਣ ਵਾਲਾ ਇੱਥੇ ਸਤੀਆਂ ਦੇ ਸਭ ਜਿਹੜੇ ਭਾਂਡੇ ਆਦਮ ਕਰਦੇ ਨੇ ਉਹਨਾਂ ਨਾਲ ਟੱਕਰ ਲੈਣ ਵਾਲਾ ਇੱਥੇ ਖੰਡੇ ਦੀ ਧਾਰ ਵਿੱਚੋਂ ਅਮਰ ਖਾਲਸਾ ਪੈਦਾ ਕਰਨ ਵਾਲਾ ਇੱਥੇ ਲੱਖਾਂ ਨਾਲ ਇੱਕ ਸਿੰਘ ਲੜਾਉਣ ਵਾਲਾ ਬਾਜਾ ਤੇ ਤਾਜਾ ਵਾਲਾ ਪੋਤਰਾ ਤੇਰੀ ਨੌਂ ਦੀ ਕੁੱਖ ਤੋਂ ਤੇਰੀਆਂ ਅੱਖਾਂ ਦੇ ਸਾਹਮਣੇ ਪ੍ਰਗਟ ਹੋਣਾ ਏ ਉਸ ਪੋਤਰੇ ਨੂੰ ਜਿਹਨੇ ਜ਼ੁਲਮ ਦੀਆਂ ਅਟਾਰੀਆਂ ਨੂੰ ਢਾਉਣਾ ਏ ਤੇ ਧਰਤੀ ਦੇ ਉੱਤੇ ਸੱਚ ਦਾ ਤੇ ਕੌਂਸਲ ਦਾ ਰਾਜ ਲੈ ਕੇ ਆਉਣਾ ਏ ਮੇਰੀ ਪਤਨੀ ਨਾਨਕੀ ਤੂੰ ਆਪਣੇ ਹੱਥਾਂ ਨਾਲ ਲੋਰੀਆਂ ਦੇ ਕੇ ਮੁੜ ਕੇ ਸੱਚਖੰਡ ਨੂੰ ਆਵੇਗੀ ਗੱਜ ਕੇ ਆਖੋ ਸਤਨਾਮ ਤੇ ਪੁੱਤਰ ਹੰਝੂ ਇਸ ਕਰਕੇ ਆਏ ਆ ਅੱਜ ਉਮਰ ਹੋ ਗਈ 93 ਸਾਲ ਦੀ ਅੰਦਾਜ਼ਾ ਲਾ ਲਓ ਵੀਰੋ ਭੈਣੋ ਗੁਰਮੁਖ ਜਨੋ ਮੈਂ ਤੇ ਨਦੀ ਦੇ ਕਿਨਾਰੇ ਉੱਤੇ ਰੁਖੜਾ ਨਾ ਜਾਣੇ ਕਦੋਂ ਸਰੀਰ ਦਾ ਤਿਆਗ ਹੋ ਜਾਵੇ ਇਹ ਸਵਾਸਾਂ ਦੀ ਲੜੀ ਟੁੱਟ ਜਾਵੇ 32 ਸਾਲ ਹੋ ਗਏ ਨੇ ਮੇਰੇ ਘਰ ਵਿੱਚ ਮੇਰੀ ਨੌਂ ਵਸਦੀ ਨੂੰ ਇਹ ਗੁਰਸਿੱਖਾਂ ਲਈ ਕਿੱਡਾ ਵੱਡਾ ਪੂਰਨਾ ਪਾਇਆ ਇਹ ਮਾਂ ਗੁਜਰੀ ਤੇ ਗੁਰੂ ਤੇਗ ਬਹਾਦਰ ਦੀ ਆ ਕਈਆਂ ਘਰਾਂ ਵਿੱਚ ਮੈਂ ਪੰਜਾਬ ਦੀ ਧਰਤੀ ਭਾਰਤ ਵਿੱਚ ਕੈਨੇਡਾ ਵਿੱਚ ਵੀ ਕਈਆਂ ਘਰਾਂ ਵਿੱਚ ਲੜਾਈ ਹੁੰਦੀ ਦੇਖੀ ਹੈ ਮੁਆਫ ਕਰਨਾ ਇੱਕ ਘਰ ਦੇ ਵਿੱਚ ਪ੍ਰਸ਼ਾਦਾ ਛਕਣ ਗਏ ਕਲੇ ਵਾਲਾ ਘਰ ਪੁੱਛਿਆ ਮਹਾਰਾਣੀ ਨੂੰ ਕਾਰਨ ਕੀ ਹੈ ਕਹਿੰਦੀ ਮੇਰੀ ਸੱਸ ਮੇਰੇ ਪਤੀ ਨੂੰ ਕਹਿੰਦੀ ਹੈ ਤੂੰ ਦੂਜਾ ਵਿਆਹ ਕਰਾ ਲਾ ਭੈਣ ਜੀ ਕਾਰਨ ਕੀ ਹੈ ਕਹਿੰਦੀ 3 ਸਾਲ ਹੋ ਗਏ ਨੇ ਹਲੇ ਅਕਾਲ ਪੁਰਖ ਬੌੜਿਆ ਨਹੀਂ ਉਹਨੂੰ ਭਾਗ ਕੇ ਮਾਈ ਨੂੰ ਕੋਲ ਭੈਣੋ ਹੈ ਗਿਆਨ ਦੀਆਂ ਗੱਲਾਂ ਸਮਝਾਈਆਂ ਗੁਰਮਤ ਦੀ ਕਸਵੱਟੀ ਦੇ ਉੱਤੇ ਇਹਨੂੰ ਆਖਿਆ ਮਾਤਾ ਇੱਧਰ ਨੂੰ ਤੁਰ ਅਕਾਲ ਪੁਰਖ ਭਲੀ ਕਰੇਗਾ ਇਹ ਕਿੱਡੀ ਕੁ ਗੱਲ ਹੋ ਗਈ ਹੈ ਜਦੋਂ ਆਹ ਗੱਲ ਦੱਸੀ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਮਾਤਾ ਗੁਜਰੀ ਤੇ ਗੁਰੂ ਤੇਗ ਬਹਾਦਰ ਦੇ ਵਿਆਹ ਤੋਂ 33 ਸਾਲ ਬਾਅਦ ਦੁਨੀਆਂ ਤੇ ਆਏ ਮਾਂ ਦੀਆਂ ਅੱਖਾਂ 'ਚ ਹੰਝੂ ਆ ਗਏ ਜਾ ਕੇ ਦੇਖ ਲਓ ਘਰ ਦੇ ਵਿੱਚ ਅੱਜ ਸੁੱਖ ਸ਼ਾਂਤੀ ਹੈ ਰੱਬ ਨੇ ਔਲਾਦ ਵੀ ਦਿੱਤੀ ਹੋਈ ਹੈ ਇਸ ਕਰਕੇ ਮੈਂ ਹੱਥ ਜੋੜ ਕੇ ਬੇਨਤੀ ਕਰਾਂ ਮੇਰੇ ਪੁੱਤਰ ਅੱਜ 32 ਸਾਲ ਹੋ ਗਏ ਮੇਰੀ ਨੌਂ ਵਸਦੀ ਨੂੰ ਉਹ ਜ਼ੁਲਮ ਦੀਆਂ ਅਟਾਰੀਆਂ ਨੂੰ ਢਾਉਣ ਵਾਲਾ ਉਹ ਜ਼ੁਲਮੀ ਰਾਜ ਦੀਆਂ ਜੜ੍ਹਾਂ ਪੱਟਣ ਵਾਲਾ ਤੇ ਗਰੀਬਾਂ ਨੂੰ ਰਾਜ ਦੇਣ ਵਾਲਾ ਬਾਜਾ ਤੇ ਤਾਜਾ ਵਾਲਾ ਪੋਤਰਾ ਮੇਰੀ ਨੌਂ ਦੀ ਕੁੱਖ ਨੂੰ ਕਦੋਂ ਭਾਗ ਲਾਵੇਗਾ ਸਤਿਗੁਰੂ ਤੇਗ ਬਹਾਦਰ ਨੇ ਮਾਂ ਦੇ ਹੰਝੂ ਧਰਤੀ ਤੇ ਨਹੀਂ ਬਦਲ ਦਿੱਤੇ ਗੱਲ ਵੱਕੜੀ ਪਾ ਕੇ ਕਹਿੰਦੇ ਮਾਂ ਤੁਸੀਂ ਆਪਣੇ ਪਤੀ ਪਰਮੇਸ਼ਰ ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲੋਂ ਜ਼ੁਲਮ ਦੀਆਂ ਅਟਾਰੀਆਂ ਨੂੰ ਢਾਉਣ ਵਾਲਾ ਤੇ ਸੱਚ ਦਾ ਰਾਜ ਪ੍ਰਗਟ ਕਰਨ ਵਾਲਾ ਪੋਤਰਾ ਮੰਗਿਆ ਹੈ
ਉਹ ਪੋਤਰੇ ਨੂੰ ਆਪਣੇ ਹੱਥੀ ਖਵਾਵੋਗੇ, ਪੋਤਰੇ ਨੂੰ ਗੋਦੀ ਵਿੱਚ ਬਿਠਾ ਕੇ ਲੋਰੀਆਂ ਦੇਵੋਗੇ। ਪਰ ਜਿੱਡੀ ਵੱਡੀ ਮੰਗ ਹੈ ਨਾ, ਓਡਾ ਵੱਡਾ ਹੀ ਤੁਹਾਨੂੰ ਤੇ ਸਾਨੂੰ ਇਮਤਿਹਾਨ ਦੇਣਾ ਪਵੇਗਾ। ਮੇਰੇ ਪੁੱਤਰ, ਮੈਂ ਇਮਤਿਹਾਨ ਦੇਣ ਵਾਸਤੇ ਤਿਆਰ ਹਾਂ। ਬੋਲ, ਕੀ ਇਮਤਿਹਾਨ? ਗੁਰੂ ਤੇਗ ਬਹਾਦਰ ਕਹਿੰਦੇ, ਮਾਂ, ਵੱਡੇ ਸਤਿਗੁਰੂ ਦਾਦਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਭਾਈ ਗੁਰਦਾਸ ਜੀ ਪਾਸੋਂ ਬਾਣੀ ਦਾ ਗ੍ਰੰਥ ਲਿਖਵਾਇਆ ਸੀ, ਤੁਰਕੀ ਬਾਣੀ ਆਈ ਤਿੰਨ ਸਗਲੀ ਕਿੰਤ ਮਟਾਈ। ਭਾਈ ਸਾਹਿਬ ਜੀ ਸਤਿਗੁਰੀ ਸਾਹਿਬ ਦੀ ਬਾਣੀ ਦਾ ਕੀਰਤਨ ਕਰ ਰਹੇ ਸੀ, ਕਿੰਨਾ ਮੁੜ ਕੋ ਮੁੜ ਕੇ ਆਣ ਕੇ ਇਹਨਾਂ ਨੇ ਸਵਾਈਏ ਜਿਹੜੇ ਉਹ ਸੁਣਾਏ ਆ। ਪਰ ਮੈਂ ਵੇਖ ਰਿਹਾ ਸੀ ਕਿ ਉੱਧਰ ਲੰਗਰ ਵਿੱਚ ਸਾਡੇ ਆਪਦੇ ਸਵਾਈਏ ਚੱਲ ਰਹੇ ਸੀ। ਗੱਜ ਕੇ ਆਖੋ ਸਤਨਾਮ, ਉਹ ਸੁਣਿਆ ਕਰੋ ਕਰਮਾਂ ਵਾਲਿਓ, ਕੱਲਾ ਇੰਡੀਆ ਤੋਂ ਸਦ ਲੈਣ ਇਹ ਗੱਲ ਨਹੀਂ ਬਣਦੀ। ਕੀਰਤਨ ਸੁਣਿਆ ਕਰੋ, ਕੀਰਤਨ ਨਿਰਮੋਲ ਕਹੀਦਾ ਹੈ ਵੀ ਇਹਦੀ ਕੀਮਤ ਕਰਮਾਂ ਵਾਲਿਓ। ਹੱਥ ਬੰਨ ਕੇ ਬੇਨਤੀ ਕਰਾਂ, ਗੁਰੂ ਤੇਗ ਬਹਾਦਰ ਨੇ ਆਪਣੀ ਮਾਤਾ ਨਾਨਕੀ ਤੇ ਪਤਨੀ ਗੁਜਰੀ ਨੂੰ ਵੀ ਬਖਸ਼ਿਆ। ਕਹਿਣ ਲੱਗੇ, ਮਾਂ, ਤਰਵੈਣੀ ਨਦੀ ਦੇ ਕੰਢੇ ਦੇ ਉੱਤੇ ਭਾਈ ਬੰਨੋ ਵਾਲੀ ਛੋਟੇ ਆਕਾਰ ਦੀ ਬੀੜ ਆਪਣੇ ਕੋਲ ਮੌਜੂਦ ਹੈ, ਜਿਹੜੀ ਦਾਦਾ ਜੀ ਨੇ ਭਾਈ ਗੁਰਦਾਸ ਜੀ ਦੇ ਪਾਸੋਂ ਬਾਣੀ ਲਿਖਵਾਈ ਹੈ ਨਾ, ਉਸ ਬਾਣੀ ਦਾ ਤਰਵੈਣੀ ਨਦੀ ਦੇ ਕੰਢੇ ਦੇ ਉੱਤੇ ਮਤੀ ਦਾਸ ਵਰਗੇ, ਸਤੀ ਦਾਸ ਵਰਗੇ ਪੰਜ ਬ੍ਰਹਮ ਗਿਆਨੀ ਅਖੰਡ ਪਾਠ ਕਰਨਗੇ। ਤੁਹਾਨੂੰ, ਤੁਹਾਡੀ ਨੌ ਨੂੰ ਤੇ ਸਾਨੂੰ ਸੰਪੂਰਨ ਬਾਣੀ ਚੌਂਕੜੇ ਮਾਰ ਕੇ ਗੁਰੂ ਦੀ ਹਜ਼ੂਰੀ ਵਿੱਚ, ਬਾਣੀ ਦੀ ਹਜ਼ੂਰੀ ਵਿੱਚ ਬਹਿ ਕੇ ਅਖੰਡ ਪਾਠ ਬ੍ਰਹਮ ਗਿਆਨੀਆਂ ਦੇ ਮੁੱਖ ਤੋਂ ਸੁਣਨਾ ਪੈਣਾ ਹੈ। ਤੇ ਅੱਜ ਦੀਆਂ ਸਿੱਖਾਂ ਤੱਕ ਵੰਡ ਵੀ ਫੜ ਲਿਆ, ਪੰਜਾਬ ਦੇ ਵਿੱਚ 6100 ਰੁਪਇਆ ਭੇਟਾ, ਇੱਧਰ ਕਲਕੱਤੇ ਵੱਲ 7500 ਹੈ, ਦਿੱਲੀ ਵੱਲ ਮੈਨੂੰ ਪਤਾ ਨਹੀਂ ਉਹ ਕਿੰਨੀ ਹੈ, ਤੇ ਇੱਥੋਂ ਦਾ ਵੀ ਮੈਂ ਜਾਣਦਾ ਨਹੀਂ। ਮੁਆਫ ਕਰਨਾ ਗੁਰੂ ਦੇ ਪਿਆਰ ਵਾਲਿਓ, ਬਾਲੇ ਅਖੰਡ ਪਾਠ ਕਰਾਉਣ ਦੀ ਲੋੜ ਨਹੀਂ, ਜੀਵਨ ਦੇ ਵਿੱਚ ਇੱਕ ਹੀ ਕਰਾਵਾ, ਪਰ ਜਦੋਂ ਕਰਾਇਆ ਹੈ ਉਹਨੂੰ ਕਿਤੇ ਬਹਿ ਕੇ ਸੁਣ ਲਓ, ਫਿਰ ਗੁਰੂ ਕਲਗੀਧਰ ਵਰਗੀਆਂ ਮਹਾਨ ਦਾਤਾਂ ਦੀਆਂ ਪ੍ਰਾਪਤੀਆਂ ਹੋ ਜਾਂਦੀਆਂ ਨੇ। ਗੱਜ ਕੇ ਆਖੋ ਸਤਨਾਮ। ਮਾਤਾ ਜੀ, ਅਖੰਡ ਪਾਠ ਸੁਣਨਾ ਪਵੇਗਾ ਪਿਆਰ ਜੇ। ਮਾਂ ਨਾਨਕੀ ਕਹਿੰਦੀ, ਐਸੇ ਪੋਤਰੇ ਨੂੰ ਵੇਖਣ ਤੋਂ ਪਹਿਲਾਂ ਮੈਂ ਰੱਬ ਦੀ ਬਾਣੀ ਨੂੰ ਆਪਣੇ ਕੰਨਾਂ ਨਾਲ ਸੁਣਾਂਗੀ। ਤਰਵੈਣੀ ਨਦੀ ਦੇ ਕੰਢੇ ਦੇ ਉੱਤੇ ਤੰਬੂ ਲਾ ਕੇ ਅਖੰਡ ਪਾਠ ਦੀ ਰਲਤਾ ਹੋ ਗਈ। ਪੰਜ ਬ੍ਰਹਮ ਗਿਆਨੀਆਂ ਨੇ ਅਖੰਡ ਪਾਠ ਕੀਤਾ। ਲਓ ਜੀ, ਤੀਜੇ ਦਿਨ ਪਿਆ ਭੋਗ। ਜਦੋਂ ਭੋਗ ਪਿਆ ਤੇ ਗੁਰੂ ਤੇਗ ਬਹਾਦਰ ਜੀ ਨੇ ਪਾ ਕੇ ਗਲ ਵਿੱਚ ਪੱਲਾ, ਇੱਕ ਬੰਨੇ ਮਾਂ ਤੇ ਇੱਕ ਬੰਨੇ ਪਤਨੀ ਤੇ ਸਿੱਖ ਸੰਗਤਾਂ ਨੂੰ ਖੜਿਆ ਕਰਕੇ ਫਿਰ ਰੱਬ ਨੂੰ ਧਿਆ ਕੇ ਕੀਤੀ ਅਰਦਾਸ। ਰੱਬ ਗੁਰੂ ਤੇਗ ਬਹਾਦਰ ਵਿੱਚ ਤੇ ਰੱਬ ਵਿੱਚ ਕੋਈ ਫਰਕ ਸੀ? ਪਰ ਨਹੀਂ, ਮਹਾਰਾਜ ਦੀ ਬਾਣੀ ਕਹਿੰਦੀ ਹੈ, ਗੁਰ ਪਰਮੇਸ਼ਰ ਇੱਕੋ ਜਾਣ, ਗੁਰੂ ਤੇ ਪਰਮੇਸ਼ਰ ਇੱਕੋ ਹੀ ਹੁੰਦਾ ਹੈ। ਪਰ ਅੱਜ ਗੁਰੂ ਤੇਗ ਬਹਾਦਰ ਪਾਤਸ਼ਾਹ ਦੁਨੀਆਂ ਦੇ ਮਾਲਕ, ਕੋਟ ਬ੍ਰਹਿਮੰਡਾਂ ਦੇ ਮਾਲਕ ਪਰਮਾਤਮਾ ਦੇ ਕੋਲੋਂ ਜੁਲਮਲੀਆਂ ਟਾਰੀਆਂ ਢਾਉਣ ਵਾਲਾ ਪੁੱਤਰ ਮੰਗਣ ਲੱਗਾ ਹੈ। ਜਦੋਂ ਰੱਬ ਦੇ ਚਰਨਾਂ ਵਿੱਚ ਕੀਤੀ ਅਰਦਾਸ ਪਹੁੰਚੀ, ਰੱਬਾ ਤੇਰੀ ਬੰਦਗੀ ਕੀਤੀ ਹੈ, ਤੇਰਾ ਸਿਮਰਨ ਕੀਤਾ, ਤੇਰਾ ਨਾਮ ਜਪਿਆ, ਮੇਰੀ ਮਾਂ ਨੇ ਬਹੁਤ ਵੱਡੀ ਤਪੱਸਿਆ ਕੀਤੀ ਹੈ, ਧੰਨ ਗੁਰੂ ਹਰਗੋਬਿੰਦ ਪਾਤਸ਼ਾਹ, ਜਿੱਦਾਂ ਦਾ ਪੋਤਰਾ ਤੁਸੀਂ ਦੁਨੀਆਂ ਦੇ ਉੱਤੇ ਕਹਿ ਕੇ ਗਏ ਸੀ, ਅੱਜ ਮੇਰੀ ਮਾਂ ਦੀ ਝੋਲੀ ਵਿੱਚ ਉਹ ਜਿਹਾ ਪੋਤਰਾ ਪਾ ਦਿਓ, ਕਿਰਪਾ ਕਰ ਦਿਓ, ਰਹਿਮਤ ਕਰ ਦਿਓ। ਕਹਿੰਦੇ ਇੱਕ ਵਾਰੀ ਮੇਰੇ ਅਕਾਲ ਪੁਰਖ ਪਰਮਾਤਮਾ ਦਾ ਸੰਘਾਸਣ ਡੋਲ ਗਿਆ, ਉਹਨੇ ਮਾਰੀ ਫਿਰ ਕੋਟ ਬ੍ਰਹਿਮੰਡਾਂ ਦੇ ਵਿੱਚ ਨਜ਼ਰ, ਅੱਜ ਧਰਤੀ ਦੇ ਉੱਤੇ ਜ਼ੁਲਮ ਇੰਨਾ ਵੱਧ ਗਿਆ ਹੈ ਕਿ ਜ਼ੁਲਮ ਦੀਆਂ ਤਾਰੀਆਂ ਨੂੰ ਢਾਉਣ ਵਾਸਤੇ ਮੈਨੂੰ ਕਿਹੜੀ ਮਹਾਨ ਆਤਮਾ ਦੁਨੀਆਂ ਵਿੱਚ ਘੜਨੀ ਪਵੇਗੀ। ਇੱਥੇ ਕਲਗੀਧਰ ਪਾਤਸ਼ਾਹ ਨੇ ਬਚਨ ਕੀਤਾ ਹੈ, ਕਹਿੰਦੇ ਉਸ ਵੇਲੇ ਰੱਬ ਨੇ ਫਿਰ ਧਰਤੀ ਤੇ ਆਕਾਸ਼ ਤੇ ਸਮੁੰਦਰਾਂ ਤੇ ਜੰਗਲਾਂ ਚ ਪਹਾੜਾਂ ਚ ਕੋਟ ਬ੍ਰਹਿਮੰਡਾਂ ਵਿੱਚ ਆਪਣੀ ਨਜ਼ਰ ਮਾਰੀ। ਪਰਮਾਤਮਾ ਦੀ ਨਜ਼ਰ ਘੁੰਮਦੀ ਘੁੰਮਦੀ ਹੇਮਕੁੰਟ ਦੇ ਪਰਬਤ ਉੱਤੇ ਸਾਡੇ ਕੋਲ ਪਹੁੰਚ ਗਈ, ਜਿੱਥੇ ਮੇਰਾ ਕਲਗੀਆਂ ਵਾਲਾ ਚੌਂਕੜਾ ਮਾਰ ਕੇ ਬਹੁਤ ਜੁਗਾਂ ਤੋਂ ਪਰਮਾਤਮਾ ਦੇ ਨਾਮ ਦਾ ਸਿਮਰਨ ਕਰ ਰਿਹਾ ਸੀ। ਖਿਆਲ ਕਰਿਓ ਤਰਾ, ਐਡੀ ਵੱਡੀ ਭਗਤੀ। ਕਹਿੰਦੇ ਦੁਆਇਕ ਏਕ ਰੂਪ ਹੋ ਗਏ। ਬੜਿਆ ਲੋਕਾਂ ਨੂੰ ਇਹਨਾਂ ਗੱਲਾਂ ਤੋਂ ਐਲਰਜੀ ਹੈ, ਵਿਚਿੱਤਰ ਨਾਟਕ ਦਸਮ ਗ੍ਰੰਥ, ਅਸੀਂ ਇਹਨਾਂ ਗੱਲਾਂ ਤੋਂ ਮੁਨਕਰ ਹੋ ਸਕਦੇ ਹਾਂ ਕਰਮਾਂ ਵਾਲੇ? ਮੇਰਾ ਬਾਜਾ ਵਾਲਾ ਪ੍ਰੀਤਮ ਕਹਿੰਦਾ, ਮੈਂ ਬੰਦਗੀ ਕਰ ਕਰਕੇ ਦੋਹਾਂ ਤੋਂ ਪਰਮਾਤਮਾ ਨਾਲ ਇੱਕ ਹੋ ਗਿਆ, ਇਧਰੋਂ ਮੇਰੀ ਭਗਤੀ ਪੂਰੀ ਹੋ ਗਈ, ਉਧਰੋਂ ਮੇਰੇ ਮਾਤਾ ਪਿਤਾ ਨੇ ਮੇਰੇ ਵਰਗਾ ਪੁੱਤਰ ਪਰਮਾਤਮਾ ਕੋਲੋਂ ਮੰਗ ਲਿਆ, ਤੇ ਪਰਮਾਤਮਾ ਫਿਰ ਆਪਣੇ ਦੇਸ਼ ਵਿੱਚੋਂ ਚੱਲ ਕੇ ਮੇਰੇ ਕੋਲ ਆਇਆ ਤੇ ਪ੍ਰਤੱਖ ਰੂਪ ਵਿੱਚ ਪ੍ਰਗਟ ਹੋ ਗਿਆ। ਆਵਾਜ਼ ਮਾਰ ਕੇ ਆਖਿਆ, ਹੇਮਕੁੰਟ ਦੇ ਪਰਬਤ ਵਿੱਚ ਹਜ਼ਾਰਾਂ ਸਾਲਾਂ ਤੋਂ ਬਹਿ ਕੇ ਬੰਦਗੀ ਕਰਨ ਵਾਲੇ ਤਪੱਸਵੀ, ਮੈਂ ਤੇਰੀ ਭਗਤੀ ਤੋਂ ਪ੍ਰਸੰਨ ਹੋ ਕੇ ਤੈਨੂੰ ਦਰਸ਼ਨ ਦੇਣ ਵਾਸਤੇ ਆਇਆ ਹਾਂ। ਭਗਤੀ ਕਰਨ ਵਾਲੇ ਆ, ਅਕਾਲ ਪੁਰਖ ਕਹਿੰਦਾ, ਨੇਤਰ ਖੋਲ ਕੇ ਮੇਰੇ ਦਰਸ਼ਨ ਕਰ। ਜਦੋਂ ਮੈਂ ਨੇਤਰ ਖੋਲੇ, ਖੋਲ ਕੇ ਨੇਤਰ ਸਾਹਮਣੇ ਅਕਾਲ ਪੁਰਖ ਦੇ ਕੀਤੇ ਕਰਮਾਂ ਵਾਲੇ ਉਹ ਦਰਸ਼ਨ ਅਕਾਲ ਪੁਰਖ ਨੇ ਚੱਕ ਕੇ ਮਹਾਰਾਜ ਕਹਿੰਦੇ ਮੈਨੂੰ ਆਪਣੀ ਗੋਦੀ ਵਿੱਚ ਬਿਠਾ ਲਿਆ, ਜਿਵੇਂ ਇੱਕ ਪਿਤਾ ਆਪਣੇ ਪੁੱਤਰ ਨੂੰ ਬਿਠਾਉਂਦਾ ਹੈ। ਤੇ ਬਚਨ ਕੀ ਕੀਤਾ? ਮੈਂ ਆਪਣਾ ਸੁੱਖ ਤੁਹੇ ਨਿਵਾ
ਬੇਇੱਜ਼ਤੀ ਕਰਨ ਵਾਲਿਆ ਮੈਂ ਤੈਨੂੰ ਆਪਣਾ ਪੁੱਤਰ ਬਣਾ ਲਿਆ ਏ। ਇੱਕ ਪੰਕਤੀ ਛੱਡ ਕੇ ਮੈਂ ਅਗਲੀ ਪੰਕਤੀ ਪੜ੍ਹਨ ਲੱਗਾ, ਨਾਲ ਹੀ ਬਚਨ ਕੀਤਾ ਕਹਿੰਦੇ ਆਪ ਕਰੋ ਹਮਰੇ ਸਭ ਕਾਜਾ। ਮੇਰਿਆ ਪੁੱਤਰਾ ਤੇਰੀ ਭਗਤੀ ਤੋਂ ਪ੍ਰਸੰਨ ਹੋ ਕੇ ਮੈਂ ਤੈਨੂੰ ਦਰਸ਼ਨ ਦਿੱਤੇ ਆ ਤੇ ਤੈਨੂੰ ਮੇਰਾ ਬਚਨ ਮੰਨ ਕੇ ਦੁਨੀਆਂ ਦੇ ਵਿੱਚ ਜਾਣਾ ਪੈਣਾ ਹੈ ਤੇ ਜ਼ੁਲਮ ਦੀਆਂ ਅਟਾਰੀਆਂ ਨੂੰ ਢਾਹ ਕੇ ਉੱਥੇ ਸੱਚ ਦਾ ਰਾਜ ਪੈਦਾ ਕਰਨਾ ਪੈਣਾ ਹੈ। ਔਰ ਨਗਰ ਮਾਂ ਇੱਕ ਸੁਭਾਗੀ ਜੋੜਾ ਵਿਆਹ ਤੋਂ ਬਾਅਦ 32 ਸਾਲ ਬੰਦਗੀ ਕਰਕੇ ਤਰਵੈਣੀ ਨਦੀ ਦੇ ਕੰਢੇ ਦੇ ਉੱਤੇ ਅੱਜ ਮੇਰੇ ਦਰਬਾਰ ਦੇ ਵਿੱਚੋਂ ਤੇਰੇ ਵਰਗਾ ਪੁੱਤਰ ਮੰਗ ਰਿਹਾ। ਗੁਰੂ ਤੇਗ ਬਹਾਦਰ ਤੇ ਉਹਦੀ ਪਤਨੀ ਗੁਜਰੀ ਤੇ ਉਹਦੀ ਮਾਂ ਨਾਲ ਸੀ। ਮਹਾਰਾਜ ਕਹਿੰਦੇ ਪਹਿਲੀ ਵਾਰੀ ਮੈਂ ਹੱਥ ਜੋੜ ਕੇ ਪ੍ਰਮਾਤਮਾ ਨੂੰ ਨਾਂਹ ਕਰ ਦਿੱਤੀ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਆ, ਕਹਿੰਦੇ ਕਿਤਨਾ ਭੈਓ ਹਮਰੋ ਆਵਣ ਕੈ। ਮੇਰਿਆ ਦਾਦਿਆ ਮੇਰੀ ਤੇ ਸੁਰਤ ਜਿਹੜੀ ਹੈ ਇਹ ਤੇਰੇ ਚਰਨਾਂ ਨਾਲ ਜੁੜ ਗਈ ਹੈ, ਮੈਂ ਦੁਨੀਆਂ ਤੇ ਕੀ ਲੈਣ ਜਾਣਾ, ਮੈਨੂੰ ਆਨੰਦ ਬਣਿਆ ਹੋਇਆ ਏ। ਪਰ ਜਿੱਥੇ ਪਰ ਲੱਗ ਜਾਵੇ ਗੱਲ ਬਦਲ ਜਾਂਦੀ ਏ। ਦਾਦਾ ਤੂੰ ਮੈਨੂੰ ਆਪਣਾ ਪੁੱਤਰ ਮੰਨਿਆ ਏ ਤੇ ਸਿਆਣਾ ਪਿਓ ਪੁੱਤਰ ਦੇ ਕੋਲੋਂ ਕੁਝ ਲੁਕਾਉਂਦਾ ਨਹੀਂ ਹੋ ਤੇ ਸਿਆਣਾ ਪੁੱਤਰ ਆਗਿਆਕਾਰੀ ਆਪਣੇ ਪਿਤਾ ਦਾ ਕਦੇ ਬਚਨ ਮੋੜਦਾ ਨਹੀਂ। ਦਾਦਾ ਦੁਨੀਆਂ ਵਿੱਚ ਜਾਣ ਨੂੰ ਜੀ ਨਹੀਂ ਕਰਦਾ ਪਰ ਤੇਰਾ ਬਚਨ ਮੰਨ ਕੇ ਦੁਨੀਆਂ ਤੇ ਜਾਵਾਂਗਾ। ਮੈਂ ਛਾਲ ਮਾਰ ਕੇ ਪ੍ਰਮਾਤਮਾ ਦੀ ਗੋਦੀ ਵਿੱਚੋਂ ਬਾਹਰ ਆ ਗਿਆ, ਪਾ ਕੇ ਗਲ ਵਿੱਚ ਪੰਨਾ ਜੋੜੇ ਹੱਥ ਸੀਰ ਝੁਕਾ ਕੇ ਆਖਿਆ ਮੈਂ ਇਸ ਤੋਂ ਪਹਿਲਾਂ ਕਿ ਮਾਤਾ ਗੁਜਰੀ ਦੇ ਕਰਮ ਵਿੱਚ ਮੇਰੀ ਜੋਤੀ ਦਾ ਪ੍ਰਕਾਸ਼ ਹੋਵੇ ਮੈਂ ਛੱਡ ਕੇ ਹੇਮਕੁੰਡ ਨੂੰ ਤੇਰਾ ਬਚਨ ਮੰਨ ਕੇ ਦੁਨੀਆਂ ਤੇ ਜਾਵਾਂ। ਮੇਰਿਆ ਦਾਤਿਆ ਮੈਂ ਤੇਰੇ ਚਰਨਾਂ ਦੇ ਵਿੱਚੋਂ ਇੱਕ ਮੰਗ ਮੰਗਣੀ ਚਾਹੁੰਦਾ। ਲਓ ਸੁਣਿਓ ਤੇਰਾ ਪਿਆਰ ਦੇ ਨਾਲ ਮੇਰਾ ਕਲਗੀਆਂ ਵਾਲਾ ਗੁਰੂ ਦੁਨੀਆਂ ਤੇ ਆਉਣ ਤੋਂ ਪਹਿਲਾਂ ਹੇਮਕੁੰਡ ਦੇ ਪਰਬਤ ਉੱਤੇ ਪ੍ਰਮਾਤਮਾ ਦੇ ਕੋਲੋਂ ਕੁਝ ਮੰਗਣ ਲੱਗਾ ਹੈ। ਕਰਮ ਵਾਲਿਓ ਕੀ ਮੰਗਿਆ, ਆਓ ਤੇਰਾ ਕਰੀਏ ਦਰਸ਼ਨ। ਲਓ ਜੀ ਰੱਖ ਕੇ ਰੱਬ ਦੇ ਚਰਨਾਂ ਤੇ ਸੀਸ, ਮੇਰਾ ਬਾਜਾ ਵਾਲਾ ਪ੍ਰੀਤਮ ਹੇਮਕੁੰਡ ਦੇ ਪਰਬਤ ਉੱਤੇ ਪ੍ਰਮਾਤਮਾ ਦੇ ਕੋਲੋਂ ਕੁਝ ਮੰਗਾ ਹੈ।
अकाल पुरख दे कोल मंग। महाराज ने फिर मंगिया की कहिंदा देशवा प्रकोप है शुभ कर्मन ते कब होना तनु ना डरू मरसों जब जाए डरू निश्चय कर अपनी जीत करूं और सिखूं अपने ही मन को ए लाल क्यों कर ताओ चलो जब आप की औद निदान बने अब ही रण में तब जो दादिया ये दुनिया में कलन लगा ना ते जबो जा के सच का प्रकाश करेगा और ये बादशाह के जुल्मी दरबार लखा की गिनती में मेरे सामने आने की उदो डर ना आवे खड़े मथे मुट्ठी पर जोंदिया नु लेके और सवा लाख दे नाल एक लड़ाउन की ताकत मेरे हृदय में होनी चाहिए। दादिया एहो जिया अमृत तैयार करके मैं अपने सिखा नु तेरा हुक्म जा देंगा। बस एको ही बचन है कि जिंदगी में जिन्हें तू मेनु श्वास दे के धरती उत्ते करना है ना जो अंतम समा आवे अब ही रण में तब जोत बनू मैं मंजे उत्ते पै के नहीं दुश्मना ना लोहा दे दिया सच का प्रकाश कर दिया धरती दे उत्ते जुल्म का नाश कर दिया कुर्बानी करके तेरे चरणों में मुड़ के आवा गज के आखो सतनाम जा मेरे पुत्र एक बारी एक अख पट के वेखेगा लखा औरंगजेब तू मेरे फकीर बना देगा अपने मुख विचों जेड़ा वचन कहेगा हाले वचन पूरा नहीं होगा उस तो पहला जी गल तू मुख जो कह रही वो धरती उत्ते पूरी हो जाएगी तेरे डौड़िया में इनी ताकत होगी तू जिदी कंध दे उत्ते थापड़ा दे देवेगा वह बचित्र सिंह बन के मरते हुए हाथियों टकरा लेगा मेरे आप पुत्रा ऐदा गल बन दया करम वाले युगा दया भगतियां वा जो बचित्र सिंह लड़के आया ना ते नागरी महाराज ने फड़ा के उन्हें मत्था टेकिया सतगुरु ने एक गल कही बहुते सुनते नहीं महाराज कहते पुत्र बचित्र सिंह जेड़ी कीती तू हाथी नाल लड़ाई आ पता मेरी किन्ने युगा की कमाई आ गज के आखो सतनाम वो सत लोहे के तवे चीर के डेढ़ फुट के मथे में धस जाना मटा ने मत शराब के पीते मसते हाथी एक सवा पांच फुट का बचित्र सिंह नागरी मार्च का मूह पुआ दे गुरु गोबिंद सिंह साहब जी की हेमकुंड के पर्वत उत्ते की हुई तपस्या की भगती की बंदगी की रब कहता जा पुत्र ऐसा ही होगा महाराज कहते कई प्रकाश हमारा पहो सवेरे फिर मेरी ज्योति का मां गुजरी के गर्भ में प्रकाश होया पटना शहर विखे भर लो मेरी दादी नू मेरे पिता ने बधाइया दित्तियां मां रब ने तेरी सुन ली है तू पोतरे जुल्म दियां टारियां ढाउण वाले पोतरे हथी लोरियां देवेगी चलो चलिए पटने ये लंबी कहानी है आप कल के दिमाग में सांझी कर लवेंगे साडे ते एक सवाल किया जाता है कि नौ पातशाहियां ने पंजाब की धरती अंदर अवतार लिया गुरु नानक ने पाकिस्तानी पंजाब ननकाना साहब गुरु अंगद मते की सरां ते तीजे गुरु बासर के किला चौथे गुरु टूना मंडी लाहौर पंजवें गुरु गोइंदवाल छेवें गुरु गुरु की बडाली ते सतवें गुरु कीरतपुर साहब अठवें गुरु की कीरतपुर साहब ते नौवें गुरु अपने अमृतसर साहब नौ पातशाहियां पंजाब की धरती ते दसवें ने हजारां वीर नूं बिहार की राजधानी पावली पुत्र सम्राट अशोक के देश नूं क्यों चुनिया इहदा उत्तर मैं तुहानूं कल नूं देवांगा समां नहीं लो जी सालस राय जौड़ी गुरु नानक का सिख ओरी हवेली विच आजो सरखणी घड़ी आई ते गुरु तेग बहादुर नूं उदों असाम दीआं पहाड़ियां विच राजे चक्कर धुआई दे देश जाणा पै गिया सी क्यों जाणा पै गिया ये भी कल नूं एतवार दे दीवान विच तुहाडे नाल वचन सांझा करूंगा कि असीं महाराज दे जीवन दी कड़ी चल पई आ। लो भैणों आ गई सरखणी घड़ी आओ आपां दर्शन करिए बहुत सुवी सत शनि और ऐतवार की विचली रात पटना साहब की पावन धरती अति नो रात लंघी है ते अमृत वेला पख लगा मां गुजरी की कुख नु लगे भाग शायद ने बड़ा सोहना वचन किया कहता अज राज परियां गंदियां अरसां तो फदर संदियां बूहा सवर की खुलिया पर परके केसर डुलिया सी इस घड़ी नु तरसदी तकदीर भारत वर्ष की खांधी सी घूमण घेरिया जल आण पईआं फेरिया माही वे पटने वालिया सच्चा नाम जपने वालिया श्री आनंदपुर साहब के वासिया ने तालिया के साथिया जिस थान से कदम तरगियो मिट्टी को सोना कर गियो हर थान से खड़ी बहार है क्योंकि मां गुजरी के पुत्र मेरे दसम पिता गुरु गोबिंद सिंह साहब जी का अवतार है। सुनियो दाता दुनिया के आया है जुल्म दियां अटारियां दे भारी हे आयो मन की लगी
ਸੁਕਰਮਾ ਵਾਲਿਓ ਇਹ ਸੀ ਮਹਾਰਾਜ ਦੇ ਅਵਤਾਰ ਦੀ ਗਾਥਾ ਕੱਲ ਨੂੰ ਆਪਾਂ ਇੱਥੋਂ ਹੀ ਅਗਲਾ ਬਚਨ ਆਰੰਭ ਕਰਨਾ ਕਿ ਮਹਾਰਾਜ ਨੇ ਦੁਨੀਆਂ ਤੇ ਆਣ ਕੇ ਪਹਿਲਾ ਪਰਉਪਕਾਰ ਕੀ ਕੀਤਾ ਭੀਖਣ ਸ਼ਾਹ ਦਾ ਜਨਮ ਸਵਾਰ ਦਿੱਤਾ ਪੰਡਿਤ ਸ਼ਿਵ ਦੱਤ ਤੇ ਰਾਣੀ ਮੈਨੀ ਇਹ ਤਿੰਨ ਲੜੀਆਂ ਇਤਿਹਾਸ ਦੀਆਂ ਕੱਲ ਦੇ ਦੀਵਾਨ ਵਿੱਚ ਵਿਸ਼ੇਸ਼ ਦੀਵਾਨ ਹੈ ਆਪ ਜੀ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਪਿਆਰ ਦੇ ਘਰ ਵਿੱਚ ਆਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।